का खालसा वाहिगुरु जी की फतेह। आप सब संगतान श्रवण कर रहे हो, केस कतल करवाउणी कदों शुरू हुई, हिंदू धर्म विच मुंडन किस तरह शुरू होया, किसने ये धर्म विच वख वरेवां प्रगट किया, धर्म नूं नष्ट कर दिता। आप ये कथा लड़ीवार जो महाराज दसम पातशाह साहिब श्री गुरु गोबिंद सिंह जी की आरंभ हुई है, आप उसकी लड़ीवार कथा विचों गुरु प्रताप सूरज ग्रंथ जिन्हां दे विचों ये प्रसंग आया है, आप जी ये कथा श्रवण कर रहे हो। वाहिगुरु जी का खालसा वाहिगुरु जी की फतेह। करके इसे तरह सतसंगत जी, गुरु सिख का परम धर्म है जो गुरु के उपदेश देंदे ने सच्चा ही है। सतगुरु जी अपने सतसंगी पुत्र दियां सिखां नूं कदे गुरसिखो बल छल दा उपदेश नहीं दिंदे हन। इह सिखां ने पुछिया, महाराज जी कारण की है, क्यों मुंडन कराउण लग गए, दसो। झगड़ा तां ओह अपना पक्ष करदे होए आपदा झगड़दे ने। जग होयो सगरो इक सारे, इह कलयुग आ जी सारा संसार इक वर्गा हो गया, सारे थों थों मुंडन हो रिहा। जे बुझै कहै श्रुति उचारे, ये पुछदे आ तां संस्कृत दी सुरती श्लोक उचार दिंदे ने, ओ फलाने ग्रंथ च लिखिया भी मुंडन परम धर्म है। सुंदर स्वरूप ते क्रूप बन रोडे होत, महाराज संगत कहंदी समझ नहीं आउंदी की सोहना सुंदर स्वरूप हुंदा, रोडे बन के क्रूप जे हो जांदे ने, चंगे नहीं लगदे। जैसे भूप दंड देत नैक ना शर्म है, होरा इन्हां नूं लाज नहीं आउंदी, जिवें राजे अगे दंड दिया कटदे सी। जे किसे ने सतसंगी कसूर करना ओहनूं कहना चंगा इहदे केस मुन दिओ, ओह अड्डी नींदा सीगा कि इहनूं कोई दंड दित्ता होया राजे ने, ता इहदे केस नहीं हन। मल मोत बासन मलीन ते मलीन महा, ओह जेहड़े सतसंग जी मुन्नण वाले दुकानदार ने, ओह केहड़ा बर्तन साफ रखदे ने, ओह मलीन जिहा बस्तन बर्तन हुंदा, ओहदे विच पानी भी मैला जिहा, ओहदे सतसंग जी घड़ी घड़ी उस्तरे नूं ना भिओं भिओं के तिखा करदे ने। बहुत ही सतसंग जी मैला पानी हुंदा ओहदे विच, सिसनूं लागत ऊच नीच के चरम है, फिर ओह केहड़ा साफ कीता हुंदा सतसंग जी, जिहड़ा उस्तरा ओह थां थां ते सतसंग जी बरतन वाला हुंदा है। वेशा वास्ते मूंह ते भी ओही फराई जाना, होर रंगां दी सफाई भी बालां दी ओसे उस्तरे नाल कराई जानी, ਉਹ ਇਹੋ ਜਿਹਾ ਅਪਵਿੱਤਰ ਉਸਤਰਾ ਮੂੰਹ ਤੇ ਫਰਾਉਂਦੇ ਨੇ। ਪਾਕ ਮੁਖ ਮੂੰਡ ਪੈ ਨਿਪਾਕ ਕੋ ਫਿਰਾਵੇ ਨਿਤ, ਇਹ ਜੇ ਅਪਵਿੱਤਰ ਜਿਹੜਾ ਜੂਠਾ ਹੈ ਮਲੀਨ ਹੈ ਉਸਤਰਾ, ਉਹ ਪਵਿੱਤਰ ਮੂੰਹ ਤੇ ਸਿਰ ਤੇ ਫਰਾਉਂਦੇ ਹਨ। ਆਗੇ ਕਰ ਦੇਤ ਜੈਸੇ ਰਾਂਡ ਕੋ ਕਰਮ ਹੈ, ਜਿਵੇਂ ਨਖਿਧ ਇਸਤਰੀਆਂ ਦਾ ਸਤਸੰਗ ਜੀ ਭੈੜਾ ਕਰਮ ਹੁੰਦਾ, ਐ ਮੂੰਹ ਜਿਹਾ ਮੂਹਰੇ ਨੂੰ ਕੱਢ ਕੇ ਬੈਠ ਜਾਂਦੇ ਨੇ ਨਾਈ ਦੇ। ਸ਼ੋਭਾ ਲੋਕ ਗਤ ਪਰ ਲੋਕ ਹੀ ਬਿਗਾਰ ਹੈ ਮੂੜ, ਇਹ ਸੱਚੇ ਪਾਤਸ਼ਾਹ ਸਾਨੂੰ ਤਾਂ ਇਹ ਪ੍ਰਤੀਤ ਹੁੰਦਾ ਮੂਰਖ ਹਨ, ਐਸ ਲੋਕ ਦੀ ਵੀ ਸ਼ੋਭਾ ਗੁਆ ਬਹਿੰਦੇ ਹਨ, ਔਰ ਪਰਲੋਕ ਵਿੱਚ ਵੀ ਗਤੀ ਨਹੀਂ ਹੁੰਦੀ। ਗੁਰਸਿੱਖ ਇਸੇ ਕਰਕੇ ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਸਾਬਤ ਸੂਰਤ ਰੱਖਣੀ ਉੱਤੇ ਕੇਸਾਂ ਦੇ ਵਿੱਚ ਸਤਸੰਗ ਜੀ, ਕਾਠ ਦਾ ਕੰਘਾ ਰੱਖਣਾ ਤੇ ਸਿੱਧਾ ਦਾੜਾ ਰੱਖਣਾ, ਇਹ ਮਹਾਰਾਜ ਸਾਹਿਬ ਜੀ ਦੀ ਆਗਿਆ ਹੈ। ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਦਰਗਾਹ ਢੋਈ ਨਾ ਲਹਿ ਕਾਫਰ ਕੁੱਤਾ ਸ਼ੈਤਾਨ, ਇੱਥੇ ਤੱਕ ਰਹਿਤ ਨਾਮਿਆਂ ਚ ਸਤਸੰਗ ਜੀ ਲਿਖਿਆ ਹੋਇਆ ਆਪਾਂ ਪੜ੍ਹਦੇ ਹਾਂ। ਕਹਿੰਦੇ ਮਹਾਰਾਜ ਉਹ ਮੂਰਖ ਹਨ, ਮੁੰਡਨ ਕਰਾਏ ਫਿਰ ਭਾਗ ਤੇ ਧਰਮ ਹੈ, ਪਹਿਲਾਂ ਤਾਂ ਲੋਕ ਪ੍ਰਲੋਕ ਵਿਗਾੜਦੇ ਹਨ ਮੂਰਖ, ਫਿਰ ਮੁੰਡਨ ਕਰਾ ਕੇ ਜੇ ਉਹਨਾਂ ਨੂੰ ਪੁੱਛੀਦਾ ਕਿਉਂ ਭਾਈ ਤੂੰ ਮੁੰਡਨ ਕਰਾਇਆ, ਕਹਿੰਦੇ ਸਾਡਾ ਪਰਮ ਧਰਮ ਹੈ, ਮੈਂ ਤਾਂ ਗੰਗਾ ਤੇ ਗਿਆ ਸੀ ਉੱਥੇ ਮੁੰਡਨ ਕਰਾ ਕੇ ਆਇਆ। ਇਹ ਕਿਵ ਹੋਏ ਕਰੋ ਬਤਾਵਨ, ਇਹ ਸੱਚੇ ਪਾਤਸ਼ਾਹ ਆਪ ਤੋਂ ਬਿਨਾਂ ਕੌਣ ਸਾਨੂੰ ਨਿਰਣਾ ਕਰਕੇ ਦੱਸੇ, ਇਹ ਕਿਉਂ ਸਾਰੇ ਮੁੰਡਨ ਕਰਾਉਣ ਲੱਗ ਗਏ ਦੱਸੋ। ਆਪ ਪੰਥ ਮਹਿ ਕਰੇ ਰਖਾਵਨ, ਆਪ ਨੇ ਖਾਲਸੇ ਪੰਥ ਨੂੰ ਰਖਾਉਣਾ ਕੀਤੇ ਨੇ ਕਿ ਭਾਈ ਕੋਈ ਵੀ ਸਾਡਾ ਸਿੱਖ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੋਈ ਵੀ ਰੋਮ ਘਸਾਉਣਾ ਨਹੀਂ, ਪਟਾਉਣਾ ਨਹੀਂ। ਕਈਆਂ ਦਾ ਸੁਭਾਅ ਹੁੰਦਾ ਜੇ ਧੌਲੇ ਆਉਣ ਲੱਗ ਜਾਣ ਪੱਟਣੇ ਸ਼ੁਰੂ ਕਰ ਦਿੰਦੇ ਨੇ ਵੀ ਮੈਨੂੰ ਕੋਈ ਬੁੜਾ ਨਾ ਕਹੇ। ਇਸੇ ਤਰ੍ਹਾਂ
ਕੋਈ ਵੀ ਰੋਮ ਦੀ ਬੇਅਦਬੀ ਨਹੀਂ ਕਰਨੀ। ਸੁਣ ਸ਼੍ਰੀ ਕਲਗੀ ਧਰ ਤਿਸ ਕਾਲ, ਸੁਣ ਕਰਕੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹਿਓ ਪ੍ਰਸੰਗ ਸਭਨ ਕੇ ਨਾਲ, ਸਾਰੇ ਸਿੰਘ ਵੀ ਬੈਠੇ ਹਨ, ਖਾਲਸਾ ਸੰਗਤਾਂ ਬੈਠੀਆਂ ਨੇ, ਮਾਈ ਭਾਈ ਆਪਣੇ ਪ੍ਰਸੰਗ ਸੁਣਾਇਆ। ਰਾਜ ਪਾਂਡਵਨ ਕੋ ਸ਼ਹਿ ਭਇਓ, ਹੇ ਗੁਰਸਿੱਖੋ ਜਦੋਂ ਦੁਆਪਰ ਖਤਮ ਹੋਇਆ ਨਾਲ ਦੀ ਨਾਲ ਪਾਂਡਵਾਂ ਦਾ ਰਾਜ ਵੀ ਸਮਾਪਤ ਹੋ ਗਿਆ। ਚਿਰੰਕਾਲ ਬੋਰੋ ਬਿਤ ਗਇਓ, ਉਦੋਂ ਬਾਅਦ ਬਹੁਤ ਸਮਾਂ ਬਤੀਤ ਹੋਇਆ। ਉਪਨੰਦ ਕੇ ਭੈ ਛਿਤ ਮਾਲਕ, ਉਹਨਾਂ ਦੀ ਸੰਗਿਆ ਨੰਦ ਕੇ ਰਾਜੇ ਸੀ ਪਰ ਉਹ ਬਦਲਦੇ ਰਹੇ। ਉਹਨਾਂ ਦੇ ਪਿੱਛੇ ਉਹਨਾਂ ਦੇ ਖਾਨਦਾਨ ਦਾ ਨਾਂ ਨੰਦ ਕੇ ਸੀ। ਉਹ ਰਾਜੇ ਧਰਤੀ ਦੇ ਮਾਲਕ ਬਣੇ ਭਾਰਤ ਵਰਸ਼ ਦੀ ਦੇ। ਵਧਿਓ ਰਾਜ ਬਹੁ ਸ਼ਤਰਨ ਕਾਲਕ, ਉਹਨਾਂ ਨੇ ਸਾਰੇ ਦੁਸ਼ਮਣਾਂ ਨੂੰ ਦਬਾ ਲਿਆ ਤੇ ਰਾਜ ਆਪਣਾ ਬੜਾ ਵਧਾਇਆ। ਛੀਨ ਲੀਨ ਭੂਪਤ ਸਮਦਾਈ, ਹੋਰ ਰਿਆਸਤਾਂ ਦੇ ਰਾਜੇ ਵੀ ਉਹਨਾਂ ਦੀ ਤਾਕਤ ਖੋਹ ਲਈ ਇਹਨਾਂ ਨੇ। ਫੇਰੀ ਸਭ ਜਗ ਆਪਣ ਦੁਹਾਈ, ਆਪਣੇ ਧੌਂਸੇ ਬਜਾ ਦਿੱਤੇ ਥਾਂ ਥਾਂ ਕੇ ਨੰਦ ਕੇ ਰਾਜਿਆਂ ਦਾ ਰਾਜ ਹੈ। ਚਾਰੋ ਬਰਨ ਚਲੇ ਅਨੁਸਾਰੇ, ਚਾਰੇ ਬਰਨ ਜਿੰਨੇ ਵਸਦੇ ਸੀ ਪਰਜਾ ਦੇ ਲੋਕ ਇਹਨਾਂ ਦੇ ਆਗਿਆਕਾਰੀ ਹੋਏ। ਪਰਸ ਰਾਮ ਸਮ ਛਤਰੀ ਮਾਰੇ, ਇੰਨੇ ਬਲੀ ਹੋਏ ਨੰਦ ਕੇ ਰਾਜੇ ਪੀੜੀ ਦਰ ਪੀੜੀ ਰਾਜ ਕਰਦੇ ਆਏ। ਜਿਵੇਂ ਪਰਸ ਰਾਮ ਨੇ ਛਤਰੀ ਮਾਰੇ ਸੀ ਨਾ, ਇਹਨਾਂ ਨੇ ਕੋਈ ਬੈਰੀ ਨੀ ਰਹਿਣ ਦਿੱਤਾ। ਡੇਢ ਹਜ਼ਾਰ ਬਰਸ ਤੱਕ ਰਾਜੂ, ਦਸਵੇਂ ਪਾਤਸ਼ਾਹ ਕਹਿੰਦੇ ਭਾਈ 1500 ਸਾਲ ਨੰਦ ਕੇ ਰਾਜਿਆਂ ਦਾ ਖਾਨਦਾਨ ਵਿੱਚੋਂ ਇਹ ਰਾਜਿਆਂ ਦਾ ਰਾਜ ਰਿਹਾ। ਕਰਤ ਰਹੇ ਬੜ ਭਇਓ ਸਮਾਜੂ, ਬੜੇ ਇਹਨਾਂ ਦੀਆਂ ਫੌਜਾਂ ਭਭੂਤੀ ਹੋਈ ਖਜ਼ਾਨੇ ਇਹਨਾਂ ਦੇ, ਸੰਗਿਆ ਸਭਨ ਨੰਦ ਕੇ ਰਹੀ। ਲੇਕਿਨ ਸਾਰਿਆਂ ਜਿਹੜਾ ਰਾਜਾ ਗੱਦੀ ਤੇ ਬਹਿਣਾ ਮਗਰ ਉਹਦੀ ਤਖਾਲਸ ਨੰਦ ਕੇ ਕਹਿੰਦਾ ਕਿ ਵੀ ਇਹ ਖਾਨਦਾਨ ਨੰਦ ਕਿਆਂ ਚੋਂ ਹੈ। ਇੱਕ ਏਕ ਵਿਸਾਲ ਵਧਿਓ ਤਿੰਨ ਮਹੀ, ਉਹਨਾਂ ਰਾਜਿਆਂ ਚੋਂ ਪੀੜੀ ਦਰ ਪੀੜੀ ਜਿਹੜਾ ਰਾਜ ਕਰਦੇ ਆਏ ਇੱਕ ਰਾਜਾ ਇਹੋ ਜਿਹਾ ਵਧਿਆ। ਜੇ ਮਹੀ ਪਸਰੇ ਤਿੰਨ ਦੇਸ਼ ਨਕਾਰੇ, ਉਸ ਨੇ ਜਿਹੜੇ ਅੱਗੇ ਸਟੇਟਾਂ ਦੇ ਰਾਜੇ ਅੱਗੇ ਤਾਂ ਉਹ ਦਿੰਦੇ ਸੀ ਨਾ ਸ਼ਾਨੀ ਭਰਦੇ ਸੀ, ਇਹਨੇ ਉਹਨਾਂ ਤੇ ਇਹੀ ਜੀ ਸਖਤੀ ਕੀਤੀ ਦੂਜੇ ਰਾਜਿਆਂ ਤੇ, ਉਹ ਦੇਸ਼ ਤੋਂ ਕੱਢ ਦਿੱਤੇ। ਤਿੰਨ ਤੇਰੇ ਦੇ ਤਰਾਸ ਇਮ ਧਾਰੇ, ਜਿੱਥੇ ਕੱਢ ਦਿੱਤੇ ਉੱਥੇ ਡਰ ਵੀ ਮੰਨਣ ਲੱਗ ਗਿਆ ਇਹ ਨੰਦ ਕਾ ਰਾਜਾ। ਵਿਪਰਨ ਤੇ ਬਰਨੀ ਕਰਵਾਏ, ਬ੍ਰਾਹਮਣਾਂ ਚ ਬੜੀ ਸ਼ਕਤੀ ਹੁੰਦੀ ਖਾਲਸਾ ਜੀ, ਸਾਬਤ ਸੂਰਤ ਰੱਖਦੇ, ਗੰਦਾ ਧੂੰਏ ਦੇ ਨੇੜੇ ਨਾ ਜਾਂਦੇ, ਸਰੀਰ ਦਾ ਰੋਮ ਦੀ ਬੇਅਦਬੀ ਨਾ ਕਰਦੇ, ਵੇਦ ਸ਼ਾਸਤਰਾਂ ਨੂੰ ਪੜ੍ਹਦੇ, ਸੰਤੋਖੀ ਹੁੰਦੇ, ਪੂਜਾ ਨਾ ਲੈਂਦੇ, ਸਬਰ ਸੰਤੋਖ ਦੇ ਨਾਲ ਸਤਸੰਗ ਜੀ ਵੇਦ ਵਿਦਿਆ ਪੜ੍ਹਿਆ ਕਰਦੇ, ਨਾਲੇ ਪੜ੍ਹਾਉਣਾ ਨਾਲੇ ਪੜ੍ਹਨਾ, ਇਹ ਸਤਸੰਗ ਜੀ ਖੱਟਕਰਮੀ ਬ੍ਰਾਹਮਣ ਹੁੰਦੇ। ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਦਬਾਉਣਾ, ਜੱਗ ਕਰਨਾ ਕਰਾਉਣਾ, ਇਹ ਖੱਟਕਰਮ, ਇਹ ਖੱਟਕਰਮ ਹੋਰ ਸੀ। ਸੰਧਿਆ ਤਰਪਣ ਗਾਇਤਰੀ ਅਥਿਤੀ ਪੂਜਾ ਦੇਵ ਅਰਚਨ ਇਸ਼ਨਾਨ, ਛੇ ਕਰਮ ਇਹ। ਜਿਹੜਾ ਸਿੱਖ ਸਤਸੰਗਤ ਜੀ ਅੰਮ੍ਰਿਤ ਵੇਲੇ ਸਾਵਧਾਨ ਹੋ ਕੇ ਇਸ਼ਨਾਨ ਨਹੀਂ ਕਰਦਾ, ਪੰਜ ਕਾਰਾਂ ਦੀ ਰਹਿਤ ਨਹੀਂ ਰੱਖਦਾ, ਤੜਕੇ ਉੱਠ ਕੇ ਇਸ਼ਨਾਨ ਕਰਕੇ ਸਤਸੰਗਤ ਜੀ ਭਾਵੇਂ 15 ਮਿੰਟ 20 ਮਿੰਟ ਘੰਟਾ ਜਾਪ ਨਹੀਂ ਜਪਦਾ, ਔਰ ਸੁੱਚਮ ਨਹੀਂ ਰੱਖਦਾ, ਕ੍ਰਹਿਤਾਂ ਤੋਂ ਬਚ ਕੇ ਨਹੀਂ ਰਹਿੰਦਾ। ਖਾਲਸਾ ਜੀ ਹੈ ਤਾਂ ਆਪਣਾ ਭਰਾ ਹੀ, ਪਰ ਨਾਮ ਧਰੀਕ ਹੀ ਹੈ ਨਾ, ਉਹਦੀ ਆਪਾਂ ਕਲਿਆਣ ਤਾਂ ਨਹੀਂ ਮੰਨਦੇ, ਉਸ ਨੂੰ ਆਪਾਂ ਮਨਮਤੀਆ ਕਹਿ ਦਿੰਦੇ ਹਾਂ, ਉਹਨੂੰ ਨਗੁਰੇ ਤੱਕ ਵੀ ਕਹਿ ਦਿੰਦੇ ਹਾਂ ਵੀ ਨਰਕਾਂ ਦਾ ਵਾਸੀ ਬਣੇਗਾ। ਇਸੇ ਤਰ੍ਹਾਂ ਸਤਸੰਗਤ ਜੀ ਜੈਸੇ ਬ੍ਰਾਹਮਣ ਅੱਗੇ ਹੋਇਆ ਕਰਦੇ, ਉਹ ਜਿਵੇਂ ਆਪਣੇ ਇਹੋ ਜਿਹੇ ਜੀਵਨ ਵਾਲੇ ਗੁਰਸਿੱਖਾਂ ਨੂੰ ਆਪਾਂ ਪੂਜਦੇ ਹਾਂ, ਇਸ ਤਰ੍ਹਾਂ ਉਹ ਵੀ ਪੂਜਨੀ ਕੀ ਸੀ ਸਤਸੰਗਤ ਜੀ। ਧਰਮ ਕੋਈ ਵੀ ਮਾੜਾ ਨਹੀਂ ਹੋਇਆ ਕਰਦਾ ਹੈ। ਸੋ ਇਹ ਸਤਸੰਗਤ ਜੀ ਜਿੰਨੇ ਬ੍ਰਾਹਮਣ ਸੀ ਇਹਨਾਂ 'ਚ ਇੰਨੀ ਸ਼ਕਤੀ ਸੀ, ਵੇਦ ਕਿਤੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਹੈ, ਵੇਦ ਸ਼ਾਸਤਰਾਂ ਵਿੱਚੋਂ ਮੰਤਰ ਲੈ ਕੇ ਨਾ ਇਹ ਹਮਨ ਕਰਕੇ ਬਰਨੀਆਂ ਕਰਨ ਤਾਂ ਰਾਜਿਆਂ ਦੇ ਰਾਜ ਉਲਟਾ ਦਿੰਦੇ ਸੀ, ਏਡੀ ਸ਼ਕਤੀ ਦੇ ਮਾਲਕ ਸੀ। ਸੋ ਇਹ ਰਾਜੇ ਨੂੰ ਚਿੰਤਾ ਹੋ ਗਈ ਕਿ ਜਿਹੜੇ ਰਾਜੇ ਜਿਨ੍ਹਾਂ ਦਾ ਮੈਂ ਰਾਜ ਖੋਹ ਲਿਆ, ਜੇ ਉਹਨਾਂ ਨੇ ਬ੍ਰਾਹਮਣਾਂ ਨੂੰ ਬੇਨਤੀ ਕਰਕੇ ਕਿ ਜੁਲਮ ਹੋ ਰਿਹਾ, ਬ੍ਰਾਹਮਣ ਜੁਲਮ ਤਾਂ ਹਟਾਉਂਦੇ ਹੀ ਸੀ ਨਾ ਅੱਗੇ ਨੇਕ ਪੁਰਸ਼, ਕਿ ਤੁਸੀਂ ਬਰਨੀਆਂ ਕਰੋ, ਰਾਜੇ ਦਾ ਰਾਜ ਚੱਕਿਆ ਜਾਵੇ, ਜੁਲਮ ਕਰਦਾ ਹੈ, ਇਹਨੇ ਇਹ ਡਰ ਧਾਰਿਆ ਕਿ ਰਾਜਿਆਂ ਦੇ ਰਾਜ ਖੋਹ ਲੈ ਕੇ ਤੇ ਬ੍ਰਾਹਮਣਾਂ ਤੋਂ ਬਰਨੀਆਂ ਕਰਾ ਕੇ
मेरा राज ना खत्म कर देन। मेरो राज दहें बिनसाए। मेरा राज नाश कर देंगे ब्राह्मण इन्नी शक्ति रख देने। दुर दुर मंत्र जाप देज करें। की पता केड़ा प्रगट करना भोरे च बैठ के लुक लुक के ब्राह्मण जाप करनगे। मोते राज तेज सब हरे। मेरा सारा राज प्रताप चक्या जावेगा। करे एकत्र सच निज सारे। इन्हें अपने वजीर सत संजी नंद के राजे ने कठे किते। अपनो त्रास सुनाए उचारे। सची सची अपने हिरदे की गल दसी के मेनू ता रात नू नींद नहीं आउंदी मैं ता डरदा की पता जेड़े राजियां दे मैं राज कोहे ने ब्रह्मणा तो बरनिया करा के मेरा राज ना गर्क कर देन। मिल सब है न मसलत मत तारी। ये राजे दे वजीरां ने सारिया ने राय दिती। मंत्र सिद्ध न होए बिचारी। विचार कीती भी किवें ब्रह्मणा दा मंत्र है ना ਉਹ ਸਫਲਾ ਨਾ ਹੋਵੇ ਪੜਿਆ ਹੋਇਆ। ਦਿਜ ਪਰ ਵਿਦਿਆ ਜਿਤਕ ਪਰਬੀਨਾ। ਜਿੰਨੇ ਖਾਲਸਾ ਜੀ ਚਤਰ ਸੀ ਵਿਦਿਆ ਪੰਡ ਵਿਚ ਸੰਸਕ੍ਰਿਤ ਦੀ ਭਾਸ਼ਾ ਜਾਣਦੇ ਸੀ ਬ੍ਰਾਹਮਣ। ਸਭ ਕੋ ਕੀ ਜੈ ਕੇਸ਼ ਬਿਹੀਨਾ। ਕਹਿੰਦੇ ਰਾਜਨ ਤੂੰ ਸਾਰਿਆਂ ਨੂੰ ਜਿਹੜੇ ਪ੍ਰੇਮ ਨਾ ਆਉਂਦੇ ਉਹਨਾਂ ਨੂੰ ਬੁਲਾ ਲਾ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਹੁਕਮੀਆਂ ਬੁਲਾ ਲਾ, ਸਾਰਿਆਂ ਦੇ ਸਿਰ ਮਨਵਾ ਦੇ, ਪੜ ਲੈਣ ਜਿਹੜੇ ਮੰਤਰ ਪੜ੍ਹਦੇ ਆ ਫਿਰ ਸਫਲੇ ਨੀ ਹੋਣੇ ਉਹਨਾਂ ਦੇ। ਸ਼ੂਦਰ ਛਾਪ ਆਪਣੀ ਦਿਹੋ ਲਾਏ। ਇਹਨੂੰ ਸ਼ੂਦਰ ਛਾਪ ਕਿਹਾ ਕਰਦੇ ਸੀ, ਸ਼ੂਦਰਾਂ ਦੇ ਸਿਰ ਥੋੜੇ ਥੋੜੇ ਮੁੰਨ ਦਿੰਦੇ ਸੀ ਪਤਾ ਲੱਗ ਜੇ ਸ਼ੂਦਰ ਹੈ। ਮੁੰਡੇ ਸੀਸ ਮੰਤ ਨੇ ਫਲਾਏ। ਇਹ ਇਹਨਾਂ ਦੇ ਸਿਰ ਮੁੰਨੇ ਗਏ ਨਾ ਜੇ ਬ੍ਰਾਹਮਣਾਂ ਦੇ, ਇਹਨਾਂ ਦੇ ਮੰਤਰ ਸਾਰੇ ਪੜੇ ਹੋਏ ਨਿਸਫਲ ਜਾਣਗੇ। ਵਰਨੀ ਸਿੱਧ ਨਾ ਕਿਸ ਕੀ ਹੋਏ। ਕਰ ਲੈਣ ਵਰਨੀਆਂ ਇਹਨਾਂ ਦੀ ਸਫਲ ਨਹੀਂ ਹੋਣੀਆਂ। ਅਨਕ ਉਪਾਏ ਕਰੇ ਜੇ ਕੋਏ। ਮਾਮਾ ਅਨੇਕਾਂ ਯਤਨ ਕਰ ਲੈਣ। ਸੁਣ ਮੈਂ ਪਤ ਕੇ ਮਨ ਮਹਿ ਭਾਈ। ਰਾਜੇ ਦੇ ਸੱਚ ਸਮਝੀ ਰਹਿ ਚੰਗੀ ਲੱਗਿਆ ਜੀ ਮਨ ਵਿਚ ਵਜ਼ੀਰਾਂ ਦੀ ਦਿੱਤੀ ਹੋਈ। ਜਹ ਕਹਿ ਤੇ ਦਿਜਲੀਏ ਬੁਲਾਈ। ਜਿੱਥੇ ਕਿੱਥੇ ਬ੍ਰਾਹਮਣ ਸੁਣੇ ਸੱਚ ਸੰਗ ਜੀ ਕੀ ਕਾਂਸੀ ਵਿਚ ਕੀ ਹਰਿਦੁਆਰ ਕੀ ਕਸ਼ਮੀਰ ਦੇ ਇਲਾਕੇ ਚ ਜਿੱਥੇ ਜਿੱਥੇ ਬ੍ਰਾਹਮਣਾਂ ਦਾ ਸਮਾਜ ਸੀ ਸਾਰੇ ਬੁਲਾ ਲਏ। ਨਿਜ ਬਲ ਕਰ ਕੇ ਸਿਰ ਮੁੜਵਾਏ। ਜਿਨ੍ਹਾਂ ਨੇ ਉਦਾਂ ਮੰਨ ਲਿਆ ਤਾਂ ਉਹਨਾਂ ਨੂੰ ਕੁਛ ਨਹੀਂ ਕਿਹਾ ਨਹੀਂ, ਆਪਣੇ ਤਾਕਤ ਬਲ ਦੇ ਨਾਲ ਰਾਜੇ ਨੇ ਸਾਰਿਆਂ ਦੇ ਸਿਰ ਮਨਵਾ ਦਿੱਤੇ ਬ੍ਰਾਹਮਣਾਂ ਦੇ। ਸ਼ਮਸ ਸਮੇਤ ਕੇਸ਼ ਬਿਨਸਾਏ। ਦਾੜੀਆਂ ਵੀ ਮਨਾਤੀਆਂ, ਸਿਰ ਦੇ ਕੇਸ ਵੀ ਮਨਾਤੇ। ਕਵੀਆਂ ਤੇ ਸ਼ਲੋਕ ਬਨਵਾਏ। ਵਿੱਚ ਸੱਚ ਸੰਜੀ ਕਵੀ ਵੀ ਸੀ ਪੰਡਿਤ ਵਿਦਵਾਨ ਲੋਕ, ਉਹਨਾਂ ਕੋਲੋਂ ਸੰਸਕ੍ਰਿਤ ਦੇ ਵਿੱਚ ਸਲੋਕ ਬਣਵਾ ਦਿੱਤੇ। ਬਹੁ ਗ੍ਰੰਥਨ ਮੈਂ ਦਏ ਲਿਖਾਏ। ਗ੍ਰੰਥ ਗ੍ਰੰਥਾਂ ਵਿੱਚੋਂ ਲਿਖਾ ਦਿੱਤੇ ਕਿ ਮੁੰਡਨ ਪਰਮ ਧਰਮ ਹੈ, ਕਿ ਮੁੰਡਨ ਜਰੂਰ ਕਰਾਉਣਾ ਚਾਹੀਦਾ। ਸਭ ਜਗ ਮੁੰਡਤ ਭੈ ਬਿਪਰ ਜਬ। ਜਦੋਂ ਸਾਰੇ ਸੰਸਾਰ ਚ ਭਾਰਤ ਵਰਸ਼ ਦੇ ਬ੍ਰਾਹਮਣ ਮੁੰਡੇ ਗਏ ਮੋਨੇ ਹੋ ਗਏ। ਇਹ ਵੀ ਧਰਮ ਬਖਾਨਤ ਪੈ ਤਬ। ਇਹ ਫਿਰ ਲੋਕਾਂ ਨੇ ਪੁੱਛਣਾ ਦਾਦਾ ਜੀ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰਨਾ ਹੈ। ਅੱਗੇ ਬ੍ਰਾਹਮਣ ਨੂੰ ਖਾਲਸਾ ਜੀ ਯੁਗ ਗੁਰੂ ਮੰਨਿਆ ਜਾਂਦਾ ਸੀ। ਜਿਹੇ ਜੇ ਉਹ ਬ੍ਰਾਹਮਣ ਸੀ ਉਹਨਾਂ ਨੂੰ ਗੁਰੂ ਮੰਨਣਾ ਕੋਈ ਗੁਨਾਹ ਵੀ ਨਹੀਂ ਸੀ। ਅੱਜ ਆਪਾਂ ਪੰਜਾਂ ਪਿਆਰਿਆਂ ਨੂੰ ਗੁਰੂ ਨਹੀਂ ਮੰਨਦੇ, ਪਰ ਖਾਲਸਾ ਜੀ ਅੱਜ ਪੰਜ ਪਿਆਰਾਂ ਚ ਪ੍ਰੇਮੀ ਖੜਾ, ਕੱਲ ਨੂੰ ਉਹਨੂੰ ਡੰਨ ਦੇ ਤਾ ਖਾਲਸੇ ਨੇ ਕਿ ਤਾਂ ਕੰਮ ਕੀਤਾ, ਫਿਰ ਖਾਲਸਾ ਜੀ ਗੁਰੂ ਪਦਵੀ ਕਾਹਦੀ ਰਹੇਗੀ। ਇਸੇ ਤਰ੍ਹਾਂ ਉਹ ਬੜੇ ਉੱਚੇ ਆਚਾਰਾਂ ਵਾਲੇ ਬ੍ਰਾਹਮਣ ਸਨ, ਇਹਨਾਂ ਨੇ ਸਤ ਸੰਗਤ ਜੀ ਸਲੋਕ ਸੁਣਾ ਦੇਣਾ। ਲੋਕ ਪੁੱਛਣ ਲੱਗ ਗਏ ਦਾਦਾ ਜੀ ਤੁਹਾਡੀ ਦਾੜੀ ਤੁਹਾਡੇ ਕੇਸ। ਉਹਨਾਂ ਨੇ ਸਲੋਕ ਪੜ੍ਹ ਦੇਣਾ ਕਿ ਮੁੰਡਨ ਪਰਮ ਧਰਮ ਤੁਸੀਂ ਵੀ ਮਨਾ ਲੋ। ਪਠੈ ਸਲੋਕ ਸੁਨਾਵਨ ਕਰੇ। ਪੜ੍ਹ ਕੇ ਸਲੋਕ ਸੁਣਾ ਦਿੰਦੇ ਸੀ, ਲੋਕ ਅੱਗੇ ਅਨਪੜ੍ਹ ਹੁੰਦੇ। ਛਤਰੀ ਵੈਸ਼ਨ ਕੇ ਕੱਚ ਹਰੇ। ਛਤਰੀ ਵੀ ਵੈਸ ਬਾਣੀਏ ਵਗੈਰਾ ਜਿਵੇਂ ਹੋਰ ਜਾਤਾਂ ਦੇ ਸਾਰੇ ਸਤ ਸੰਗਤ ਜੀ ਮੁੰਡਨ ਕਰਾਉਣ ਲੱਗ ਗਏ ਬ੍ਰਾਹਮਣਾਂ ਦੇ ਕਹੇ। ਸਕਲ ਸਲੋਕ ਹੈ ਪਸ਼ੂ ਸਮਾਨੇ। ਸਕਲ ਲੋਕ ਹੈ ਪਸ਼ੂ ਸਮਾਨੇ। ਦਸਵੇਂ ਪਾਤਸ਼ਾਹ ਕਹਿੰਦੇ ਸੰਗਤ ਜੀ ਸਾਰੇ ਲੋਕ ਪਸ਼ੂਆਂ ਵਰਗੀ ਬਿਰਤੀ ਸੀ, ਜੋ ਬ੍ਰਾਹਮਣ ਕਹਿ ਦੇਣ ਉਸੇ ਤਰ੍ਹਾਂ ਕਰਿਆ ਕਰਦੇ, ਅਨਪੜ੍ਹ ਸੀ ਵਿਚਾਰੇ। ਬੇਪਰ ਚੁਗਾਵਨ ਹਾਰ ਮਹਾਨੇ। ਜਿਵੇਂ ਆਹ ਚੋਣਾਂ ਨੀ ਬਗ ਚਾਰਨ ਜਾਂਦੇ, ਜਿਵੇਂ ਸਤ ਸੰਗੀ ਡਾਂਗ ਲੈ ਕੇ ਪਾਲੀ ਮਗਰ ਲੱਗਦਾ, ਪਸ਼ੂ ਉਧਰ ਨੂੰ ਜਾਂਦਾ ਜਿੱਧਰ ਨੂੰ ਉਹ ਪ੍ਰੇਰੇ, ਜਿੱਧਰੋਂ ਡਾਂਗ ਲੈ ਕੇ ਮੋੜੇ ਉਧਰੋਂ ਮੁੜ ਜਾਂਦੇ ਨੇ। ਐ ਬ੍ਰਾਹਮਣਾਂ ਦੇ ਹੱਥ ਸਤ ਸੰਗੀ ਸਲੋਕ ਦੀ ਡਾਂਗ ਹੁੰਦੀ ਸੀ, ਸਲੋਕ ਪੜ੍ਹ ਕੇ ਉਧਰੋਂ ਫੱਟ ਮੋੜ ਲੈਣਾ ਕੀ ਛਤਰੀ ਕੀ ਬ੍ਰਾਹਮਣ ਹੋਰ ਜਿੱਦਾਂ ਸਤ ਸੰਗ ਜੀ ਵੈਦ ਸਾਧਕ ਕਹਿੰਦਾ ਚੱਲ ਗੰਗਾ ਮੁੰਡਨ ਕਰਾ ਕੇ ਆ, ਆਪ ਤਾਂ ਮੋਨੇ ਹੋਏ ਆਪ ਤਾਂ ਡੁੱਬੇ ਜਜਮਾਨ ਵੀ ਡੋਬੇ, ਉਹਨਾਂ ਨੂੰ ਵੀ ਸਤ ਸੰਗਤ ਜੀ ਮੁੰਡਨ ਕਰਾ ਦਿੱਤਾ। ਪਠਨ ਸ਼ਲੋਕ ਲਛਟਕਾ ਹਤੇ। ਜਿਵੇਂ ਪਸ਼ੂ ਨੂੰ ਬੋੜਨ ਵਾਸਤੇ ਲਾਠੀ ਮਾਰੀ ਦੀ ਹੈ,
ਇਹ ਸਲੋਕ ਪੜ੍ਹ ਕੇ ਸੁਣਾ ਦਿੰਦੇ ਆਪੇ ਲੋਕ ਕਹੇ ਲੱਗ ਜਾਂਦੇ ਜਿਤ ਕੋ ਚਹੇ ਚਲਾਵੈ ਤਿਤੈ ਜਿੱਧਰ ਨੂੰ ਲੋਕਾਂ ਨੂੰ ਚੁਣਾਉਂਦੇ ਬ੍ਰਾਹਮਣ ਉਧਰ ਹੀ ਚੱਲਿਆ ਕਰਦੇ ਸੀ ਵਿਪਰਨ ਆਪਣੇ ਸਿਰ ਮੁੰਡਵਾਏ ਬ੍ਰਾਹਮਣਾਂ ਨੇ ਤਾਂ ਆਪਣੇ ਸਿਰ ਮੁਨਾਏ ਅਪਰ ਲੋਕ ਮਾਘੀ ਸੀ ਚਲਾਏ ਹੋਰ ਵੀ ਲੋਕ ਇਸੇ ਰਸਤੇ ਤੋਰ ਦਿੱਤੇ ਜਗਤ ਜੂੜ ਕੋ ਅੰਗੀਕਾਰਾ ਕੀ ਕਰਦੇ ਨੇ ਉਧਰ ਧੂਆਂ ਗੰਦਾ ਵਰਤਦੇ ਨੇ ਸੀਸ ਮੁਡਾਵਨ ਪੰਥ ਬਿਥਾਰਾ ਇਹ ਪੰਥ ਹੀ ਚਲਾ ਦਿੱਤਾ ਸਤਸੰਗ ਜੀ ਵੱਖਰਾ ਕਲਯੁਗ ਦੇ ਵਿੱਚ ਸਿਰ ਮੂੰਹ ਮਨਾਉਣਾ ਤੇ ਸਤਸੰਗ ਜੀ ਮੂੰਹ ਨੂੰ ਗੰਦਾ ਧੂਆਂ ਛੱਡਣਾ ਇਹ ਦੋਨੋਂ ਤੇ ਕਲ ਕੋ ਕਾਲਾ ਸਾਰੇ ਕਹਿੰਦੇ ਭਾਈ ਇਹ ਦੋ ਨਿਸ਼ਾਨੀਆਂ ਨੇ ਕਲਯੁਗ ਦੇ ਸਮੇਂ ਦੀਆਂ ਜਹ ਕਹਿ ਦੀਖਤ ਭਇਓ ਬਸਾਲਾ ਦੇਖ ਲੋ ਜਿੱਥੇ ਕਿੱਥੇ ਦਿਸ ਰਹੇ ਨੇ ਇਹ ਜੇ ਲੋਕ ਸੁਨ ਸੰਗਤ ਅਰ ਖਾਲਸਾ ਇਹ ਸੰਗਤ ਜੀ ਖਾਲਸਾ ਜੀ ਸੁਣੋ ਤਾਂ ਦਿਨ ਤੇ ਅਸਰੀਤ ਉਸ ਦਿਨ ਤੋਂ ਇਹ ਮਰਜ਼ਾਦਾ ਰੋ ਰੀਤੀ ਚੱਲੀ ਆ ਲੋਕਾਂ ਦੇ ਮੁੰਡਨ ਕਰਾਉਣ ਦੀ ਜਗਤ ਵਿਖੈ ਦਿਨ ਪ੍ਰਤ ਵਧੀ ਜਗਤ ਵਿੱਚ ਦਿਨ ਪ੍ਰਤ ਵੱਧਦੀ ਜਾ ਰਹੀ ਹੈ ਕੱਲੂ ਕੀਨ ਵਪਰੀਤ ਕਲਯੁਗ ਨੇ ਭਾਈ ਲੋਕਾਂ ਦੀਆਂ ਬੁੱਧੀਆਂ ਵਿਗਾੜ ਦਿੱਤੀਆਂ ਮੈਂ ਪਤ ਦੀਨੋ ਦੰਡ ਜੋ ਦੇਖ ਲੋ ਨੰਦ ਕੇ ਰਾਜੇ ਨੇ ਤਾਂ ਦੰਡ ਦਿੱਤਾ ਸੀ ਬ੍ਰਾਹਮਣਾਂ ਦੇ ਸਿਰ ਮਨਵਾਏ ਸੀ ਸੋ ਅਬ ਧਰਮ ਸਥਾਪ ਉਹਨਾਂ ਨੇ ਧਰਮ ਹੀ ਸਥਾਪ ਲਿਆ ਕਿ ਜਰੂਰ ਗੰਗਾ ਤੇ ਜਾ ਕੇ ਮੁੰਡ ਮੁੰਡਾਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਜੇ ਸਤਸੰਗ ਜੀ ਮੁੰਡਨ ਕਰਾਉਣ ਨਾਲ ਗੁਰੂ ਧਾਰਿਆ ਜਾਂਦਾ ਹੋਵੇ ਨਾ ਕਹਿੰਦੇ ਫਰਾਣਾ ਮੈਂ ਚੇਲਾ ਮੁੰਨਿਆ ਉਹ ਜੇ ਸਿਰ ਮਨਾ ਕੇ ਸਤਸੰਗ ਜੀ ਗੁਰੂ ਵਾਲੇ ਬਣੀਏ ਤਾਂ ਭੇਡਾਂ ਵਿਚਾਰੀਆਂ 6 ਮਹੀਨੇ ਬਾਅਦ ਲਾਉਂਦੀਆਂ ਉਹ ਸਾਰੀਆਂ ਨਗੁਰੀਆਂ ਨਹੀਂ ਚਾਹੀਦੀਆਂ ਗੁਰੂ ਵਾਲੀਆਂ ਹੀ ਚਾਹੀਦੀਆਂ ਉਹ ਉਧਰਲੀਆਂ ਚਾਹੀਦੀਆਂ ਨੇ ਸੋ ਸਿਰ ਮਨਵਾ ਕੇ ਸਤਸੰਗ ਜੀ ਚੇਲੇ ਨਹੀਂ ਬਣਿਆ ਜਾਂਦਾ ਹੈ ਸੀਸ ਦੇ ਕੇ ਚੇਲਾ ਬਣਿਆ ਜਾਂਦਾ ਹੈ ਜੇ ਕੋਈ ਕੇਸ ਮਨਵਾ ਕੇ ਚੇਲਾ ਬਣਨਾ ਚਾਹੇ ਇਹ ਝੂਠ ਹੈ ਸੱਚਾ ਚੇਲਾ ਤਾਂ ਭਾਈ ਉਹ ਜਿਹੜਾ ਸੀਸ ਦੇ ਕੇ ਬਣੇ ਜਿਸ ਵੇਲੇ ਸਤਸੰਗ ਜੀ ਬਹੁਤ ਪ੍ਰਸੰਗ ਆਉਂਦੇ ਸਿਕੰਦਰ ਆਪਣੇ ਹਿੰਦੁਸਤਾਨ ਚ ਆਇਆ ਉਹਦੀ ਮਾਂ ਨੇ ਸਿੱਖਿਆ ਦੇ ਕੇ ਭੇਜਿਆ ਪੁੱਤਰ ਤੂੰ ਚੱਲਿਆ ਤਾਂ ਹੈ ਭਾਰਤ ਵਰਸ਼ ਨੂੰ ਮੈਂ ਸੁਣਿਆ ਸਿਆਣਿਆਂ ਤੋਂ ਕਿ ਉੱਥੇ ਬੜੇ ਬੜੇ ਕਰਨੀ ਵਾਲੇ ਰਿਖੀ ਮੁਨੀ ਨੇ ਕਿਸੇ ਦੇ ਦਰਸ਼ਨ ਕਰਕੇ ਆਈ ਪੁੱਜੇ ਸਾਧੂ ਦੇ ਇਹ ਕਹਿੰਦੇ ਹਰਿਦੁਆਰ ਪਹੁੰਚਿਆ ਖਾਲਸਾ ਜੀ ਕੋਈ ਸਾਧੂ ਬੈਠਾ ਆਪਣੀ ਮੌਜ ਵਿੱਚ ਇਹ ਜਾ ਕੇ ਸਾਹਮਣੇ ਕੋਲੇ ਖੜ ਗਿਆ ਪਰਖਣ ਵਾਸਤੇ ਮੇਰੀ ਮਾਂ ਨੇ ਕਿਹਾ ਸੀ ਦਰਸ਼ਨ ਕਰਕੇ ਆਈ ਲੋਕ ਮੱਥਾ ਟੇਕ ਟੇਕ ਉਸ ਨੂੰ ਤਰੇ ਜਾਂਦੇ ਨੇ ਆਪਣੀ ਮੌਜ ਵਿੱਚ ਸਿਮਰਨ ਚ ਬੈਠਾ ਸਾਧੂ ਇਹ ਖੜਾ ਰਿਹਾ ਉਹਨੇ ਨਾ ਬੈਠਣ ਨੂੰ ਕਿਹਾ ਨਾ ਜਾਣ ਨੂੰ ਕਿਹਾ ਸਾਧੂ ਆਪਣੇ ਭਜਨ ਚ ਲੀਨ ਰਿਹਾ ਮਨ ਵਿੱਚ ਆਇਆ ਗੁੱਸਾ ਮੈਂ ਹਿੰਦੁਸਤਾਨ ਚ ਆਇਆ ਬਾਦਸ਼ਾਹ ਹਾਂ ਇਰਾਨ ਦੇ ਇਲਾਕੇ ਦਾ ਮੇਰੇ ਅੱਗੇ ਸਾਰੀ ਦੁਨੀਆਂ ਝੁਕਦੀ ਆ ਸਾਧ ਬੂਬਨਾ ਬੈਠੇ ਨੇ ਨਾ ਮੈਨੂੰ ਬੈਠਣ ਨੂੰ ਕਿਹਾ ਨਾ ਕੁਝ ਜਦੇ ਹੀ ਸਤ ਸੰਗਤ ਜੀ ਕਿਰਪਾਨ ਕੱਢਣ ਲੱਗਾ ਵੀ ਮੈਂ ਤਾਂ ਸਿਰ ਲਾ ਦਿਆ ਜਦੋਂ ਸਤ ਸੰਗਤ ਹਲੇ ਮਨ ਚ ਫੁਰਨਾ ਹੀ ਕੀਤਾ ਸੀ ਸੰਤਾਂ ਨੇ ਅੱਖਾਂ ਖੋਲ ਕੇ ਕਹਿੰਦੇ ਰਾਜਨ ਬੈਠ ਜਾ ਕਹਿੰਦੇ ਹੁਣ ਕਿਹਾ ਬੈਠਣਾ ਸੰਤ ਜੀ ਮੈਂ ਤੈਨੂੰ ਦੱਸਾਂ ਮੈਂ ਤਾਂ ਤੇਰਾ ਸਿਰ ਧੜ ਤੋਂ ਅਲੱਗ ਕਰ ਦੇਣਾ ਸੀ ਹੱਸ ਪਏ ਸਤ ਸੰਗਤ ਸੰਤ ਕਹਿੰਦੇ ਰਾਜਨ ਤੂੰ ਬਹੁਤ ਸਿਆਣਾ ਤਪ ਕੀਤਾ ਪੂਰਬਲਾ ਐਵੇਂ ਨੀ ਤੈਨੂੰ ਰਾਜ ਮਿਲਿਆ ਸਭ ਨੂੰ ਫਤਿਹ ਕਰਦਾ ਆ ਰਿਹਾ ਪਰ ਤੈਨੂੰ ਇਹ ਜੁਗਤੀ ਨਾ ਕਿਸੇ ਨੇ ਦੱਸੀ ਇਹ ਭੇਤ ਨਾ ਦੱਸਿਆ ਵੀ ਸੰਤਾਂ ਦੇ ਧੜ ਦੇ ਉੱਤੇ ਸਿਰ ਨਹੀਂ ਹੁੰਦਾ ਉਹਨਾਂ ਦਾ ਧੜ ਹੀ ਧੜ ਹੁੰਦਾ ਤੂੰ ਕੀ ਲਾਹ ਦਿੰਦਾ ਅਸੀਂ ਤਾਂ ਸੀਸ ਆਪਦੇ ਗੁਰੂ ਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਖਾਲਸਾ ਜੀ ਜਿੰਨਾ ਖਾਲਸਾ ਮਹਾਰਾਜ ਨੇ ਸਾਜਿਆ ਹੈ ਆਪਾਂ ਕਹਿੰਦੇ ਹਾਂ ਖਾਲਸਾ ਨਹੀਂ ਬਣਨ ਤੋਂ ਡਰਦਾ ਜੀ ਆਏ ਹਾਂ ਜੀ ਉਹ ਐਵੇਂ ਨਹੀਂ ਹੈ ਕਲਗੀਧਰ ਪਾਤਸ਼ਾਹ ਨੂੰ ਸਤਸੰਗ ਜੀ ਅੰਮ੍ਰਿਤ ਛਕਣ ਵੇਲੇ ਆਪਾਂ ਸੀਸ ਅਰਪੇ ਹੋਏ ਹਨ ਉਸ ਵੇਲੇ ਚੁੱਪ ਕਰ ਗਿਆ ਸਤਸੰਗ ਜੀ ਚਰਨਾਂ ਤੇ ਡਿੱਗ ਪਿਆ ਸਿਕੰਦਰ ਬਾਦਸ਼ਾਹ ਸੋ ਗੁਰਸਿੱਖੋ ਇਹ ਸੀਸ ਹੈ ਗੁਰੂ ਕਾ ਹੈ ਇਹਨੂੰ ਅਦਬ ਬਹੁਤ ਹੀ ਰੱਖਣਾ ਚਾਹੀਏ ਸੀਸ ਦਾ ਦੇਹ ਨਾਲੋਂ ਵੱਖਰਾ ਸਤਸੰਗ ਜੀ ਸੁੱਚਮ ਦੇ ਸਹਿਤ ਇਹਨੂੰ ਰੱਖਣਾ ਚਾਹੀਏ ਸੋ ਅਬ ਧਰਮ ਸਥਾਪ ਇਹ ਭਾਈ ਉਹਨਾਂ ਲੋਕਾਂ ਨੇ ਧਰਮ ਸਥਾਪ ਲਿਆ ਮੁੰਡਨ ਕਰਾਉਣ ਦਾ ਝਗੜਤ ਜੁਗਤ ਅਨੇਕ ਤੇ ਅਨੇਕਾਂ ਜੁਗਤੀਆਂ ਦੇ ਨਾਲ ਝਗੜਦੇ ਨੇ ਬਣੇ ਚਾਹੇ ਸੱਚ ਆਪ ਆਪਣੇ ਆਪ ਸੱਚੇ ਬਣੇ ਚਾਹੁੰਦੇ ਨੇ ਚੋਰ ਠਗਨ ਕੇ ਕਾਰਨ ਹੁਣ ਆਪ ਜੀ ਗਿਆਨ ਦੀਆਂ ਸਤਸੰਗ ਜੀ ਬਾਤਾਂ ਸਿੱਖ ਸੰਗਤਾਂ ਨੂੰ ਦੱਸ ਰਹੇ ਨੇ ਦੇਖੋ ਭਾਈ
ਚੋਰਾਂ ਠੱਗਾਂ ਦੇ ਵਾਸਤੇ ਬੰਨਣ ਵਾਸਤੇ ਉਹਨਾਂ ਨੂੰ ਬੰਧਨ ਸੰਗਲ ਕੀਨ ਪੁਲਿਸ ਨੇ ਸੰਗਲ ਹੱਥ ਕੜੀਆਂ ਬਣਾਈਆਂ ਹੁੰਦੀਆਂ ਬੇੜੀਆਂ ਵੇਦਨ ਖੇਦ ਸੁਰਪੁਰ ਨਰਕ ਇਸੇ ਤਰ੍ਹਾਂ ਭਾਈ ਜਿੰਨੇ ਲੋਕ ਨੇ ਇਹਨਾਂ ਨੂੰ ਬੰਨਣ ਵਾਸਤੇ ਬ੍ਰਾਹਮਣਾਂ ਨੇ ਵੇਦਨ ਖੇਦ ਕਰਮ ਬਣਾਏ ਹੋਏ ਨੇ ਵੇਦਨ ਖੇਦ ਸਤਿ ਜੀ ਦੋ ਕਰਮ ਨੇ ਇੱਕ ਨਿਖਿਧ ਪਾਪ ਵਿਧੀ ਪੂਰਕ ਪੁੰਨ ਜੇ ਪੁੰਨ ਕਰਾਂਗੇ ਤਾਂ ਸਵਰਗ ਨੂੰ ਜਾਵਾਂਗੇ ਜੇ ਪਾਪ ਕਰਾਂਗੇ ਤਾਂ ਨਰਕ ਨੂੰ ਜਾਵਾਂਗੇ ਫਿਰ ਮੁਕਤੀ ਕਿੱਥੇ ਮਿਲੂ ਸੋ ਖਾਲਸੇ ਨੂੰ ਇਸੇ ਕਰਕੇ ਮਹਾਰਾਜ ਨੇ ਪਹਿਲਾਂ ਹੀ ਸਿੱਖਿਆ ਦਿੱਤੀ ਹੋਈ ਹੈ ਜਦੋਂ ਭਾਈ ਕਿਰਤ ਕਰਕੇ ਤੁਸੀਂ ਦਾਨ ਕਰੋ ਅਰਦਾਸ ਕਿਵੇਂ ਕਰਾਈ ਦੀ ਹੈ ਹੇ ਮਹਾਰਾਜ ਦਾਣਾ ਪਾਣੀ ਆਪ ਜੀ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਦੀ ਦਾਣਾ ਪਾਣੀ ਕਦੇ ਆਪਾਂ ਆਪਣਾ ਨਹੀਂ ਮੰਨਿਆ ਨਾ ਅਰਦਾਸ ਕਿਹਾ ਜਾਂਦਾ ਬੜੀ ਭਾਰੀ ਐਸੀਆਂ ਯੁਗਤੀਆਂ ਗੁਰੂ ਘਰ ਵੱਲੋਂ ਕਿੱਥੋਂ ਲੱਭਾਂਗੇ ਖਾਲਸਾ ਜੀ ਇਸ ਨਾਲ ਢੰਗ ਨਾਲ ਅਰਦਾਸ ਕਰਾਈ ਹੋਈ ਅਸੀਂ ਸਵਰਗ ਨਹੀਂ ਜਾਵਾਂਗੇ ਕਿਉਂ ਸੇਵਾ ਚ ਹੀ ਹਾਜ਼ਰ ਹੋਏ ਹਾਂ ਆਪਾਂ ਦਾਣਾ ਪਾਣੀ ਤਾਂ ਪਰਮੇਸ਼ੁਰ ਨੇ ਪਹਿਲਾਂ ਹੀ ਜਿਤਨੇ ਸਿੱਖ ਨੇ ਸਭ ਦੀ ਸਿਰ ਸਿਰ ਰਿਜਕ ਸੰਭਾਏ ਠਾਕਰ ਕਾਹੇ ਮਨ ਭਉ ਕਰਿਆ ਸਾਰਿਆਂ ਦੀ ਪਰਾਰੰਭ ਸਤਸੰਗਤ ਜੀ ਵਾਹਿਗੁਰੂ ਨੇ ਪਹਿਲਾਂ ਬਣਾਈ ਹੋਈ ਹੈ ਇੱਕ ਬੰਦਾ ਦੇਣ ਵਾਲਾ ਕੀ ਚੀਜ਼ ਹੈ ਉਹ ਸਤਸੰਗਤ ਜੀ ਨੇਕ ਕਰਮ ਕਰਨ ਨਾਲ ਫਲ ਨਹੀਂ ਫਿਰ ਆਪਾਂ ਨੂੰ ਮਿਲਦਾ ਫਲ ਮਿਲਦਾ ਆਪਣਾ ਮਨ ਸ਼ੁੱਧ ਹੋ ਜਾਂਦਾ ਮਨ ਗੁਰਬਾਣੀ ਚ ਲੱਗਣ ਲੱਗ ਜਾਂਦਾ ਮਨ ਜਾਗੇ ਕੀ ਇਹ ਹੈ ਨਿਸ਼ਾਨੀ ਮਿੱਠੀ ਲਾਗੇ ਸ੍ਰੀ ਗੁਰਬਾਣੀ ਮਨ ਸੁੱਤਾ ਪਿਆ ਹੈ ਇਹ ਜਾਗਣ ਦੀ ਕੀ ਨਿਸ਼ਾਨੀ ਆ ਗੁਰਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ ਕੀਰਤਨ ਚ ਉੱਠਣ ਨੂੰ ਜੀ ਨਹੀਂ ਕਰਦਾ ਕਥਾ ਚ ਉੱਠਣ ਨੂੰ ਜੀ ਨਹੀਂ ਕਰਦਾ ਨਿਤਨੇਮ ਕਰਦੇ ਹੋਈਏ ਮਾਲਾ ਲੈ ਕੇ ਭਜਨ ਕਰਦੇ ਹੋਈਏ ਘਰ ਦੇ ਕੰਮਾਂ ਦੀ ਰੁਚੀ ਘੱਟ ਜਾਂਦੀ ਹੈ ਉੱਧਰ ਰੁਚੀ ਵੱਧ ਜਾਂਦੀ ਹੈ ਜਦੋਂ ਇਹ ਅਵਸਥਾ ਹੋ ਜਾਵੇ ਇਹ ਸਮਝ ਲਵੇ ਜੋ ਵਾਹਿਗੁਰੂ ਨੇ ਮੇਰੇ ਕੋਲ ਧਰਮ ਦੀ ਕਿਰਤ ਕਰਾਈ ਉਹ ਜੋ ਸੰਗਤਾਂ ਦੀ ਸੇਵਾ ਕੀਤੀ ਉਹ ਮੈਨੂੰ ਫਲ ਮਿਲ ਰਿਹਾ ਹੈ ਉਹ ਫਿਰ ਭਾਈ ਸਵਰਗ ਨੂੰ ਕਾਹੂ ਜਾਊਗਾ ਰਾਜ ਨਾ ਜਾਊ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ ਇੰਦਰ ਲੋਕ ਸਿਵ ਲੋਕਾ ਜੈਬੋ ਉੱਥੇ ਤਪ ਕਰ ਬਾਹਰ ਐਬੋ ਕੋਈ ਇੰਦਰ ਲੋਕ ਨੂੰ ਜਾਂਦਾ ਕੋਈ ਸਤਸੰਗ ਜੀ ਬ੍ਰਹਮ ਲੋਕ ਨੂੰ ਜਾਂਦਾ ਹੈ ਉਹ ਓਛਾ ਤਪ ਕੀਤਾ ਹੁੰਦਾ ਹੋਛਾ ਜਿਹਾ ਉਹਦਾ ਫਲ ਭੋਗ ਕੇ ਫਿਰ ਇੱਥੇ ਡਿੱਗ ਪੈਂਦੇ ਹਨ ਰਾਮ ਚੰਦਰ ਆਪਦੇ ਸਤਸੰਗ ਮਹਿਲਾਂ ਚ ਬੈਠਾ ਇੱਕ ਮੱਕੜੀ ਜਿਹੜੀ ਜਾਲਾ ਜਿਹਾ ਤਣਦੀ ਹੈ ਉਹ ਤਾਹਾਂ ਨੂੰ ਚੜ੍ਹੇ ਜਾਲੇ ਦੇ ਆਸਰੇ ਫਿਰ ਡਿੱਗ ਪਏ ਫਿਰ ਚੜ੍ਹੇ ਫਿਰ ਡਿੱਗ ਪਏ ਲੱਤਾਂ ਉਹਦੀਆਂ ਟੁੱਟੀਆਂ ਹੋਈਆਂ ਰਾਮ ਚੰਦਰ ਹੱਸ ਪਿਆ ਲਕਸ਼ਮਣ ਕਹਿੰਦਾ ਭਰਤਾ ਜੀ ਹੱਸੇ ਹੋ ਕਹਿੰਦੇ ਲਕਸ਼ਮਣ ਕੀ ਦੱਸੀਏ ਆਹ ਜਿਹੜੇ ਮੱਕੜੀ ਹੈ ਇਹ ਨੌ ਵੇਰੀ ਇੰਦਰ ਰਾਜਾ ਬਣ ਚੁੱਕਿਆ ਸਵਰਗ ਦਾ ਅੱਜ ਫੇਰ ਪੁੰਨ ਖਤਮ ਹੋਇਆ ਤੇ ਇੱਥੇ ਜੂਨਾਂ ਚ ਤੁਰਿਆ ਫਿਰਦਾ ਮੱਕੜੀ ਇਉਂ ਖਾਲਸਾ ਜੀ ਜਿਹੜੇ ਵਿਧ ਨਿਖੇਧ ਕਰਮ ਨੇ ਜੇ ਕੋਈ ਨਿਖੇਧ ਕਰਮ ਕਰੂਗਾ ਪੰਡਿਤ ਇਹੀ ਸਿੱਖਿਆ ਦਿੰਦੇ ਜੇ ਭਾਈ ਪਾਪ ਕਰੋਗੇ ਨਰਕਾਂ ਨੂੰ ਜਾਓਗੇ ਜੇ ਕੋਈ ਪੁੰਨ ਕਰੋਗੇ ਤਾਂ ਸਵਰਗ ਨੂੰ ਜਾਓਗੇ ਇਹ ਦੋ ਬੇੜੀਆਂ ਰੱਖੀਆਂ ਸੀ ਬੰਨਣ ਵਾਸਤੇ ਲੋਕਾਂ ਨੂੰ ਜਿਵੇਂ ਪੁਲਿਸ ਕੋਲੇ ਚੋਰਾਂ ਠੱਗਾਂ ਨੂੰ ਬੰਨਣ ਵਾਸਤੇ ਰੱਖੇ ਨਾ ਸੰਗਲ ਐ ਬਾਹਾਂ ਕੋਲੇ ਰੱਖੇ ਹੋਏ ਹਨ ਮਹਾਰਾਜ ਕਹਿੰਦੇ ਜਗ ਲੋਗਨ ਕਹੋ ਤੇ ਦੀਨ ਇਹ ਜਿੰਨੇ ਜਗ ਦੇ ਲੋਕ ਨੇ ਉਹਨਾਂ ਨੂੰ ਬੰਨਦੇ ਹਨ ਸੰਤ ਭਗਤ ਭਗਵੰਤ ਕੇ ਇੱਧਰ ਜਿਹੜੇ ਭਗਵੰਤ ਦੀ ਭਗਤੀ ਕਰਨ ਵਾਲੇ ਜਿਹੜੇ ਸੰਤ ਭਗਤ ਹਨ ਇਨ ਪਰ ਦੁੰਦ ਨਾ ਕੁਜੋਏ ਇਹਨਾਂ ਤੇ ਦੋਨੋਂ ਹੀ ਨਹੀਂ ਲਾਗੂ ਹੁੰਦੇ ਨਾ ਸੰਤ ਨਰਕਾਂ ਨੂੰ ਜਾਂਦੇ ਨੇ ਨਾ ਸੰਤ ਸਵਰਗਾਂ ਨੂੰ ਜਾਂਦੇ ਨੇ ਇਹਨਾਂ ਤੇ ਕਾਨੂੰਨ ਨਹੀਂ ਲਾਗੂ ਹੈ ਜਥਾ ਮਸਾਵਤ ਭੂਪ ਕੇ ਜਿਵੇਂ ਰਾਜੇ ਦੇ ਅਹਿਲਕਾਰ ਵਗੈਰਾ ਵਜ਼ੀਰ ਹੁੰਦੇ ਨੇ ਉਹ ਸਤਸੰਗ ਜੀ ਜਦੋਂ ਮਰਜ਼ੀ ਅੰਦਰ ਚਲੇ ਜਾਣ ਜਦੋਂ ਮਰਜ਼ੀ ਬਾਹਰ ਆ ਜਾਣ ਉਹਨਾਂ ਨੂੰ ਕੋਈ ਨਹੀਂ ਰੋਕਦਾ ਡਿਉੜੀਦਾਰ ਦੂਜਿਆਂ ਨੂੰ ਸਤਸੰਗ ਜੀ ਜਾਣ ਆਉਣ ਨਹੀਂ ਦਿੰਦੇ ਬਿਨਾਂ ਪਰਮਿਟ ਤੋਂ ਇਸੇ ਤਰ੍ਹਾਂ ਜਿਹੜੇ ਸੰਤ ਭਗਤ ਪਰਮੇਸ਼ਰ ਦੇ ਨੇ ਭਾਈ ਉਹ ਮਰਜ਼ੀ ਦਾ ਸਵਰਗ ਦੇ ਵਿੱਚ ਦੀ ਲੰਘ ਜਾਣ ਭਾਵੇਂ ਭਾਈ ਨਰਕਾਂ ਨੂੰ ਵੀ ਖਾਲੀ ਕਰ ਜਾਣ ਰਾਜਾ ਜਨ ਕਰਕੇ ਨਹੀਂ ਗਿਆ ਖਾਲੀ ਥੋੜਾ ਜਿਹਾ ਭਜਨ ਕਰਕੇ ਸਤਸੰਗ ਸਾਰੇ ਜਾ ਕੇ 18 ਨਰਕ ਖਾਲੀ ਕਰਕੇ ਲੰਘ ਗਿਆ ਗਾਂ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੂੰ ਇੰਦਰ ਨੇ ਆ ਕੇ ਬੇਨਤੀ ਕੀਤੀ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਚ ਆਇਆ ਮਹਾਰਾਜ ਜਦੋਂ ਤੁਸੀਂ ਸੱਚਖੰਡ ਨੂੰ ਜਾਓਗੇ ਮੇਰੀ ਪੁਰੀ ਦੇ ਬਿਜਲੀ ਲੰਘ ਕੇ ਜਾਇਓ ਮੈਨੂੰ ਰਾਕਸ਼ ਤੰਗ ਕਰਦੇ ਰਹਿੰਦੇ ਨੇ ਡਰ ਬਣਿਆ ਰਹਿੰਦਾ ਮੇਰੇ ਮਨ ਚ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦੀ ਉਹ ਸ੍ਰੀ ਗੁਰੂ ਸਾਹਿਬ ਬੈਠਾਇਓ ਰਹਿਸ ਕੀਓ ਸਰਦੇਵ ਤੋਹੇ ਜੈ 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 ਜੰਪ ਹੈ ਅਸਰ ਗਏ ਤੇ ਭਾਗ ਪਾਪ ਤਨ ਪੀਤਰ ਕੰਪ ਹੈ ਕਾਟੇ ਸੋ ਪਾਪ ਤਨ ਨਰੋ ਕੇ ਗੁਰੂ ਰਾਮਦਾਸ ਜਨ ਪਾਇਓ
छत्र सिंघासन पृथ्वी गुरु अर्जुन को दे आया। जदों मात लोक दा छत्र सिंघासन सतसंग गुरु नानक देव जी दा गुरु अर्जन देव जी नूं बख्श दिता, आप ज्योति जोत समाए, ਉਹ ਇੰਦਰ ਦੇ ਬਚਨ ਚੇਤੇ ਰੱਖੇ, ਸੁਨੇਹਾ ਦੇ ਕੇ ਗਿਆ ਸੀ, ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਪਾਇਓ। ਦੇਵਪੁਰੀ ਸਤ ਸੰਗਤ ਜੀ ਗਏ, ਰਹਿਸ ਕੀ ਉਹ ਸਰਦੇਵ ਤੋਂ ਜਾ ਜੈ ਜੈ ਜੰਪੈ, ਬੜੀ ਪ੍ਰਸੰਨਤਾ ਧਾਰੀ ਅੰਦਰ ਰਾਜੇ ਨੇ, ਦੇਵਤੇ ਸਾਰੇ ਇਕੱਠੇ ਹੋ ਗਏ, ਧੰਨ ਗੁਰੂ ਰਾਮਦਾਸ ਜੀ ਤੁਸੀਂ ਸਵਰਗ ਚ ਚਰਨ ਪਾਏ। ਅਸਰ ਗਏ ਤੇ ਭਾਗ ਦੈਂਤ ਸਾਰੇ ਹੀ ਨੱਠ ਗਏ, ਪਾਪ ਤਨ ਭੀਤਰ ਕੰਪੈ, ਉਹਨਾਂ ਦੇ ਪਾਪ ਉਹਨਾਂ ਅੰਦਰ ਹੀ ਕੰਬਣ ਲੱਗ ਗਏ। ਏਡਾ ਮਹਿਮਾ ਸਤਸੰਗ ਜੀ ਪ੍ਰਤਾਪ ਗੁਰੂ ਰਾਮਦਾਸ ਜੀ ਦਾ ਸਵਰਗ ਵਿੱਚ ਆਇਆ, ਉੱਥੋਂ ਸੱਚਖੰਡ ਨੂੰ ਗਏ ਤੇ ਇੱਥੇ ਦਸਵੇਂ ਦੇ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਵਿਧਨ ਖੇਦ ਕਰਮ ਸਵਰਗ ਨਰਕ ਨੂੰ ਜਾਣ ਵਾਲੇ ਸੰਗਲਾਂ ਦੀ ਨਿਆਈ ਨੇ, ਜੇ ਕੈਦੀ ਦੇ ਸੋਨੇ ਦੀ ਬੇੜੀ ਪਾ ਦਈਏ ਫਿਰ ਵੀ ਕੈਦੀ ਹੈ, ਜੇ ਲੋਹੇ ਦੀ ਬੇੜੀ ਪਾ ਦਈਏ ਫਿਰ ਵੀ ਕੈਦੀ ਹੈ, ਬੇੜੀ ਤਾਂ ਨਹੀਂ ਕਿਸੇ ਸੋਨੇ ਦੀ ਵੇਚਣ ਦੇਣੀ ਉੱਥੇ ਕੈਦ ਵਿੱਚ ਕਿਸੇ ਨੇ। ਇਸ ਤਰ੍ਹਾਂ ਸਤਸੰਗ ਸੋਨੇ ਦੀ ਬੇੜੀ ਵਾਂਗੂ ਸਵਰਗ ਹੈ, ਲੋਹੇ ਦੀ ਬੇੜੀ ਵਾਂਗੂ ਨਰਕ ਹੈ, ਬੰਨਣ ਤਾਂ ਬੰਨਣ ਹੀ ਹੈ। ਸੋ ਆਪ ਜੀ ਕਹਿੰਦੇ ਹਨ ਜਿਹੜੇ ਸੰਤ ਭਗਤ ਭਾਈ ਭਗਤੀ ਕਰਨ ਵਾਲੇ ਨੇ ਉਹਨਾਂ ਤੇ ਕਾਨੂੰਨ ਨੀ ਲਾਗੂ ਹੈ, ਜਥਾ ਮਸਾਹਿਬ ਭੂਬ ਕੇ, ਜਿਵੇਂ ਰਾਜੇ ਦੇ ਵਜ਼ੀਰ ਵਗੈਰਾ ਹੁੰਦੇ ਨੇ, ਨਹਿ ਅਟਕੈ ਕਿਤ ਕੋਏ, ਉਹਨਾਂ ਨੂੰ ਕੋਈ ਅਟਕਾ ਨਹੀਂ ਸਕਦਾ, ਗੁਰੂ ਕੇ ਸਿੱਖਾਂ ਨੂੰ ਕੋਈ ਨਾ ਸਵਰਗ ਚ ਅਟਕਾ ਸਕਦਾ, ਕੋਈ ਨਰਕ ਚ ਅਟਕਾ ਸਕਦਾ, ਸਿੱਧੇ ਗੁਰਪੁਰੀ ਨੂੰ ਜਾਂਦੇ ਹਨ, ਪਰ ਰਹਿਤ ਵਹਿਤ ਰੱਖਣ ਜਿਨ ਜਾਣਿਆ ਤਿਨ ਜਾਣਿਆ। ਕਹਿੰਦੇ ਭਾਈ ਇਸ ਜਿਹਨੇ ਇਸ ਉਪਦੇਸ਼ ਨੂੰ ਇਸ ਭਗਤੀ ਨੂੰ ਜਾਣਿਆ ਹੈ, ਉਹਨਾਂ ਨੂੰ ਸਮਝਿਆ ਹੈ ਨਾ, ਉਸੇ ਨੂੰ ਇਹ ਗਿਆਨ ਪ੍ਰਾਪਤ ਹੋਇਆ। ਬਹੁਤਾ ਕੀਆ ਬਕਬਾਦ, ਜਿਹੜੇ ਬਹੁਤਾ ਬਕਵਾਸ ਕਰਦੇ ਬੋਲਦੇ ਹਨ ਉਹਨਾਂ ਨੂੰ ਕੀ ਲੱਭਣਾ, ਕਰਨੀ ਵਾਲਾ ਤਰ ਗਿਆ, ਜਿਹਨੇ ਭਾਈ ਕਰਨੀ ਕਮਾਈ ਕੀਤੀ ਹੈ, ਭਗਤੀ ਕੀਤੀ, ਸੇਵਾ ਕੀਤੀ, ਉਹ ਤਰ ਗਿਆ। ਡੂਬਾ ਬਕੇ ਜੋ ਬਾਦ, ਜਿਹੜਾ ਬਿਆਨਤ ਬਕਵਾਸ ਹੀ ਕਰਦਾ ਰਹਿੰਦਾ, ਮਨ ਬਤੀਆ ਨੁਕਸ ਕੱਢਦਾ ਰਹਿੰਦਾ, ਉਹ ਡੁੱਬ ਜਾਂਦਾ ਹੈ। ਸਗਲ ਈਸ਼ਤਾ ਗਿਆਨ ਕੀ, ਇਹ ਭਾਈ ਜਿਹਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਉਹਨੂੰ ਸਾਰੇ ਈਸ਼ਰ ਹੀ ਦਿੰਦਾ ਹੈ, ਸਾਰੇ ਪਰਮੇਸ਼ਰ ਹੀ ਦਿਸਦਾ ਉਸ ਨੂੰ। ਭਗਤ ਰਾਜ ਕੀ ਮੰਡ, ਜਿਹਨੂੰ ਭਗਤੀ ਦੀ ਪ੍ਰਾਪਤੀ ਹੋਈ ਹੈ ਉਹਨੂੰ ਸਤ ਸਮਝੋ, ਉਹਦਾ ਇੱਥੇ ਪ੍ਰਤਾਪ ਵੱਧਦਾ ਹੈ, ਪ੍ਰਤਾਪ ਦੇ ਸਹਿਤ ਹੁੰਦਾ। ਜੁਤ ਵਿਕਾਰ ਪਰ ਜਾ ਸਰਬ, ਇਹ ਭਗਤਾਂ ਤੇ ਗਿਆਨਵਾਨਾਂ ਤੋਂ ਬਿਨਾਂ ਜਿਹੜੀ ਹੋਰ ਸਾਰੀ ਪਰਜਾ ਹੈ ਉਹ ਬਕਾਰਾਂ ਦੇ ਸਹਿਤ ਹੈ, ਬਕਾਰਾਂ ਚ ਫਸੀ ਹੋਈ ਹੈ। ਵਿਪੁਲ ਦੋਹ ਕਰਮ ਕਾਂਡ, ਉਹ ਕਰਮ ਕਾਂਡ ਦੇ ਧੱਕੇ ਚੜ੍ਹ ਕੇ ਬ੍ਰਾਹਮਣ ਗੁਰੂ ਬਣਾ ਕੇ ਉਹ ਬੜਾ ਦੁੱਖ ਝੱਲਦੇ ਹਨ। ਤੀਰਥ ਜਪ ਤਪ ਦੱਖਣਾ, ਕਿਉਂ ਤੀਰਥ ਕਰਨੇ, ਜਪ ਕਰਾਉਣਾ, ਆਪ ਤਪੱਸਿਆ ਕਰਨੀ, ਦੱਖਣਾ ਦੇਣੀ ਬ੍ਰਾਹਮਣਾਂ ਨੂੰ, ਨੇਮ ਸੰਜਮ ਅਰਦਾਨ, ਸੰਜਮ ਵਿੱਚ ਰਹਿਣਾ, ਕੋਈ ਕਹਿੰਦਾ ਮੈਂ ਜੁੱਤੀ ਨੀ ਪਾਉਣੀ, ਕੋਈ ਕਹਿੰਦਾ ਮੈਂ ਨੂਣ ਨੀ ਖਾਣਾ, ਇਤਿਆਦਿਕ ਸੰਜਮ ਨੇਮ ਰੱਖਣੇ, ਦਾਨ ਕਰਨਾ। ਵਰਣਾ ਸ਼ਰਮ ਇਹ ਵੇਦ ਵਿਦ, ਇਹ ਵੇਦ ਵਿਧੀ ਅਨੁਸਾਰ ਵਰਣਾ ਆਸ਼ਰਮਾਂ ਨੂੰ ਦੱਸਿਆ ਹੋਇਆ ਹੈ ਕਿ ਫਲਾਣੇ ਵਰਨ ਆਸ਼ਰਮ ਵਾਲਾ ਆਹ ਕੰਮ ਕਰੇ, ਵੇਦ ਵਿਧੀ ਵਿੱਚ ਦੱਸਿਆ ਹੋਇਆ ਬ੍ਰਹਮਾ ਨੇ। ਰਚਿਓ ਵਿਧਾਤੇ ਥਾਨ, ਇਹ ਇੱਕ ਨਾ ਨਿਜਮ ਬੰਨ ਦਿੱਤਾ, ਧਰੁਵਾ ਮੁੱਢ ਬੰਨ ਦਿੱਤਾ ਹੈ ਬ੍ਰਹਮਾ ਨੇ। ਮਨ ਕੋ ਮਨ ਇੰਦਰਨ ਇੰਦਰ, ਦੇਖ ਲੋ ਭਾਈ ਜਿਹੜੇ ਆਮ ਜੀਵ ਨੇ, ਮਨ ਕੋ ਮਨ ਇੰਦਰਿਆ ਇੰਦਰ, ਇੰਦਰਿਆ ਦੇ ਸਤਸੰਗਤ ਜੀ ਪਿੱਛੇ ਮਨ ਹੈ, ਮਨ ਦੇ ਪਿੱਛੇ ਬੁੱਧੀ ਹੈ, ਬੁੱਧੀ ਦੇ ਪਿੱਛੇ ਸਤਸੰਗਤ ਜੀ ਆਤਮਾ ਹੈ। ਕਿਉਂ? ਮਨ ਦਾ ਕੰਟਰੋਲ ਇੰਦਰੀਆਂ ਤੇ ਰਹੇ, ਇੰਦਰੀਆਂ ਮਨ ਨੂੰ ਨਹੀਂ ਦੇਖ ਸਕਦੀਆਂ, ਮਨ ਇਹਨਾਂ ਦੇ ਉੱਤੇ ਕੰਟਰੋਲ ਕਰ ਰਿਹਾ ਹੈ। ਇਸ ਤਰ੍ਹਾਂ ਮਨ ਸਤਸੰਗ ਜੀ ਚੰਚਲ ਹੈ, ਬੁੱਧੀ ਵਿਚਾਰ ਵਾਲੀ ਹੈ, ਬੁੱਧੀ ਇਹਦੇ ਦੇਖਦੀ ਹੈ, ਮਨ ਨੱਠਿਆ ਭੱਜਿਆ ਫਿਰਦਾ ਹੈ। ਬੁੱਧੀ ਸਭ ਤੋਂ ਵੱਡਾ ਉੱਚੀ ਉੱਤਮ ਹੈ, ਬੁੱਧੀ ਦੇ ਉੱਤੇ ਸਤਸੰਗ ਜੀ ਇਹ ਆਪਣਾ ਆਤਮ ਸਰੂਪ ਹੈ। ਸੋ ਮਨ ਜਿੰਨਾ ਚਿਰ ਮਨ ਆਪਣੇ ਆਪ ਨੂੰ ਸੱਚਾ ਸਮਝੀ ਬੈਠਾ ਮੈਂ ਹੀ ਸੱਚਾ ਹਾਂ, ਇੰਦਰੀਆਂ ਸਮਝਦੀਆਂ ਵੈਸੀ ਸੱਚੇ ਹਾਂ, ਸਾਨੂੰ ਕੋਈ ਹੋਰ ਦਾ ਆਸਰਾ ਨਹੀਂ ਹੈ, ਇਸ ਤਰ੍ਹਾਂ ਬੁੱਧੀ ਕਹੇ ਮੈਂ ਹੀ ਹਾਂ, ਆਪਣੇ ਆਪ ਚ ਜਦੋਂ ਇਹ ਪ੍ਰੇਮੀ ਬਣੇ ਹੋਏ ਨੇ। ਮਤ ਮੋਹ ਮਤ ਅਨੁਰਾਗ, ਹਾਂਜੀ ਬੁੱਧੀ ਬੁੱਧੀ ਦੇ ਵਿੱਚ ਹੀ ਆਪਣਾ ਹੀ ਪਿਆਰ ਕਰਦੀ ਹੈ। ਈਸ਼ ਜੀਵ ਕੀ ਭੇਦਤਾ, ਉਹਨਾਂ ਚਿਰ ਈਸ਼ਰ ਦਾ ਤੇ ਜੀਵ ਦਾ ਫਰਕ ਪਿਆ ਰਹਿੰਦਾ ਹੈ, ਇਸ ਗਿਆਨ ਦੀ ਵਿਚਾਰ ਹੈ ਖਾਲਸਾ ਜੀ। ਜਿੰਨਾ ਚਿਰ ਦੇਹ ਅਧਿਆਸ ਕਹਿੰਦੇ ਨੇ ਇਹਨੂੰ, ਕਈ ਤਾਂ ਸਤਸੰਗ ਜੀ ਮਨ ਨੂੰ ਹੀ ਆਪਣਾ ਸਰੂਪ ਮੰਨੀ ਬੈਠੇ ਹੈ, ਬਹੁਤੇ ਤਾਂ ਤਨ ਨੂੰ ਹੀ ਆਪਣਾ ਸਰੂਪ ਮੰਨੀ ਬੈਠੇ ਹੈ,
ਉਹ ਮਨ ਬੁੱਧੀ ਤੋਂ ਸਤਸੰਗ ਜਿਹੜਾ ਪਰੇ ਹੈ ਨਾ, ਜਿੰਨਾ ਚਿਰ ਉਹਨੂੰ ਨਹੀਂ ਮੰਨਦੇ ਉਨਾ ਚਿਰ ਪਰਮੇਸ਼ਰ ਨਾਲੋਂ ਫਰਕ ਪਿਆ ਰਹੇਗਾ, ਇਹ ਜੀਵ ਬਣਿਆ ਰਹੇਗਾ। ਮੂਰਖ ਹੀ ਇਹ ਰਹਿ ਲਾਗ, ਕਿਉਂ ਭਾਈ ਮੂਰਖਾਂ ਦੇ ਹਿਰਦੇ ਚ ਇਹ ਲਾਗ ਲੱਗੀ ਰਹਿੰਦੀ ਹੈ ਕਿ ਅਸੀਂ ਤਾਂ ਜੀਵ ਹਾਂ, ਦੁੱਖ ਦੁੱਖ ਭੋਗਦੇ ਫਿਰਦੇ ਹਾਂ। ਸਾਹਿਬ ਸਿੰਘ ਤੂੰ ਜਾਣ ਅਬ, ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਲਿਖਾ ਲਿਖ ਰਿਹਾ ਨਾ ਸਾਹਿਬ ਸਿੰਘ ਲਿਖਾਰੀ ਬਾਬਾ ਗੁਰਬਖਸ਼ ਸਿੰਘ ਕੋਲੇ ਬੈਠਾ ਇਹ ਸਾਰੀ ਕਥਾ, ਜਿਨ੍ਹਾਂ ਨੇ ਅੱਖੀਂ ਦੇਖੀ ਸੀ ਸਤ ਸੰਗਤ ਜੀ ਮਹਾਰਾਜ ਜੀ ਦੀ ਇਹ ਸਾਰਾ ਭਾਣਾ, ਉਹ ਬਾਬਾ ਗੁਰਬਖਸ਼ ਸਿੰਘ ਜੀ ਲਿਖਾ ਰਹੇ ਨੇ ਅੱਖੀਂ ਡਿੱਠੇ ਕੌਤਕ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਸਾਹਿਬ ਸਿਆਂ ਤੂੰ ਭਾਈ ਜਾਣ ਲੈ, ਹਮੇ ਦਵੈਤ ਨਹਿ ਦਿਸ, ਸਾਨੂੰ ਤਾਂ ਦਵੈਸ਼ ਨਹੀਂ ਦਿਸਦੀ ਹੈ, ਅਸੀਂ ਤਾਂ ਸਾਰਿਆਂ ਚ ਪਰਮੇਸ਼ਰ ਦੇਖਦੇ ਹਾਂ। ਸਤਿਗੁਰ ਦਰਸ਼ਨ ਸਫਲ ਭਾਰ, ਸਤਿਗੁਰਾਂ ਦੇ ਦਰਸ਼ਨ ਕਰਕੇ ਸਫਲੇ ਹੋ ਗਏ ਅਸੀਂ, ਪਾਏ ਰੂਪ ਹੀ ਹੈ ਸਰਸ, ਹਿਰਦੇ ਚ ਆਪਣੇ ਸਰੂਪ ਦਾ ਆਨੰਦ ਪਾ ਲਿਆ ਹੈ। ਰਾਮ ਕੌਰ ਭਾਈ ਭਨੈ, ਭਾਈ ਰਾਮ ਕੌਰ ਜੀ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਨੇ ਵਿਖਿਓ ਆਤਮਾ ਰੂਪ, ਆਤਮ ਸਰੂਪ ਸਾਹਿਬ ਸਿਆਂ ਅਸੀਂ ਦੇਖ ਲਿਆ, ਵਰਨਿਓ ਜਾਏ ਨਾ ਜੈ ਕਸ਼ੂ, ਪਰ ਕੀ ਕਰੀਏ ਕਥਨ ਨਹੀਂ ਕੀਤਾ ਜਾਂਦਾ, ਉੱਥੇ ਕਥਨੀ ਦਾ ਅੰਤ ਹੈ, ਉੱਥੇ ਕਥਨੀ ਦੀ ਪਹੁੰਚ ਨਹੀਂ ਹੈ, ਅਕਥ ਹੈ ਉੱਥੇ। ਪਰਮ ਆਨੰਦ ਅਨੂਪ, ਬਹੁਤ ਹੀ ਉਪਮਾ ਤੋਰਿਆ, ਤਾਂ ਆਨੰਦ ਸਰੂਪ ਹੈ ਆਪਣਾ ਆਤਮਾ। ਸੁਣ ਕਹਿਣਾ ਸੰਸੇ ਪਏ, ਇਹ ਜਿਸ ਵੇਲੇ ਸੁਣਿਆ ਮਹਾਰਾਜ ਤੋਂ ਸਾਰੇ ਬਚਨ ਕਿ ਉਹ ਮੁੰਡਨ ਕਰਾਉਣ ਲੱਗ ਗਏ ਲੋਕ, ਸਰ ਮਹਾਰਾਜ ਸਾਰਾ ਪ੍ਰਸੰਗ ਦੱਸ ਦਿੱਤਾ, ਸਾਰੀ ਸੰਗਤ ਦਾ ਸੰਕਾ ਚੱਕਿਆ ਗਿਆ, ਸ੍ਰੀ ਮੁਖ ਤੇ ਸਭ ਬਾਤ, ਸੱਚੇ ਪਾਤਸ਼ਾਹ ਦੇ ਮੁਖੋਂ ਇਹ ਬਾਤ ਸੁਣੀ, ਬਾਹਰ ਉੱਠੇ ਦੇਖਣ ਲੱਗੇ, ਮਹਾਰਾਜ ਦੀਵਾਨ ਚੋਂ ਉੱਠ ਕੇ ਘੋੜਿਆਂ ਦੇ ਤਬੇਲੇ ਵੱਲ ਨੂੰ ਚਲੇ ਗਏ। ਹੈ ਬੇਗੀ ਸਮ ਬਾਤ, ਨਵਾਂ ਘੋੜਾ ਆਇਆ ਸੀ ਦਸਵੇਂ ਪਾਤਸ਼ਾਹ ਦਾ, ਉਹਦਾ ਨਾਮ ਹੈ ਬੇਗੀ ਰੱਖਿਆ ਸੀ ਸਤ ਸੰਗਤ ਜੀ, ਜਿਹੜਾ ਪਾਉਣ ਨੂੰ ਵੀ ਕੱਟਦਾ ਜਾਵੇ, ਇੰਨਾ ਤੇਜ ਘੋੜਾ ਸੀ। ਇਸ ਪ੍ਰਕਾਰ ਸਿੱਖਨ ਉਪਦੇਸ਼ ਖਾਲਸਾ ਜੀ, ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ, ਸੁਣ ਧਾਰ ਹੈ ਜੇ ਭਾਗ ਵਿਸ਼ੇਸ਼, ਜਿਨ੍ਹਾਂ ਦੇ ਵਿਸ਼ੇਸ਼ ਉੱਤੋਂ ਭਾਗ ਹੁੰਦੇ ਉਹ ਉਪਦੇਸ਼ ਨੂੰ ਸੁਣ ਕੇ ਧਾਰਦੇ, ਉਪਦੇਸ਼ ਸੁਣ ਲੈਣਾ ਵੀ ਸਤਿਸੰਗ ਉੱਤਮ ਕਰਮਾਂ ਦੀ ਨਿਸ਼ਾਨੀ ਆ, ਪਰ ਫਿਰ ਮੰਨਣਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਰਨ ਆਓ। ਇਸ਼ਨਾਨ ਕਰਦੇ ਕਿ ਨਹੀਂ ਆਪਾਂ, ਜਿਵੇਂ ਸਰੀਰ ਨੂੰ ਸਾਫ ਰੱਖਦੇ, ਮਨ ਨੂੰ ਇਸ਼ਨਾਨ ਕਰਾਉਣ ਵਾਸਤੇ ਆਪਾਂ ਇੱਥੇ ਬੈਠੇ ਹਾਂ, ਸੁਣਿਆ ਸੁਣ ਲਿਆ, ਫਿਰ ਸੁਣਿਆ ਲਿਆ, ਕਈ ਗੱਲ ਕਹਿੰਦੇ ਮੈਂ ਨਹੀਂ ਮੰਨਦਾ, ਸੁਣਿਆ ਆ ਮੈਂ ਉੱਥੇ ਬਥੇਰੀਆਂ ਗੱਲਾਂ, ਸੁਣਿਆ ਮੰਨਿਆ ਫਿਰ ਮੰਨ ਵੀ ਰਹਿਣਾ ਕਿ ਹਾਂ ਗੁਰੂ ਕੀ ਮੱਤ ਆਹ ਹੈ, ਆਪਾਂ ਜ਼ਰੂਰ ਗ੍ਰਹਿਣ ਕਰਨੀ ਹੈ, ਭਾਵੇਂ ਫਿਰ ਕਮਾਈ ਕਰਨੀ ਉਹਦੇ ਨਾਲ ਸਹਿਜੇ ਸਹਿਜੇ। ਅੰਤਰਗਤ ਤੀਰਥ ਮਰਨ ਆਓ, ਮਹਾਰਾਜ ਕਹਿੰਦੇ ਭਾਈ ਇਹ ਅੰਤਰਗਤ ਇਸ਼ਨਾਨ ਹੈ, ਮਨ ਦੀ ਸ਼ੁੱਧੀ ਹੋ ਜਾਂਦੀ ਹੈ, ਮਨ ਦੀ ਚੰਚਲਤਾ ਚੱਕੀ ਜਾਂਦੀ, ਮਨ ਦੇ ਉੱਤੇ ਤਿੰਨ ਮੈਲਾਂ ਹਨ, ਮਲ ਬਖਸ਼ੇਪ ਅਵਰਣ, ਪਾਪਾਂ ਦੀ ਮੈਲ ਕੀ ਨਿਸ਼ਾਨੀ, ਪਰਾਏ ਦਾ ਬੁਰਾ ਚਿਤ ਵਧੇ ਰਹਿਣਾ, ਧੀ ਭੈਣ ਦੀ ਸਾਂਝ ਨਾ ਦੇਖਣੀ, ਦੇਖਣਾ ਨਾ ਕਿ ਮੈਂ ਕਿਸ ਤਰ੍ਹਾਂ ਮੇਰੇ ਮਲੀਨ ਅੱਖਾਂ ਨਾਲ ਦੇਖਦਾ, ਇਹ ਸਮਝੋ ਪਾਪਾਂ ਦੀ ਮੈਲ ਹੈ। ਦੂਸਰੀ ਹੈ ਅਵਰਣਤਾ, ਸਤ ਸੰਗਤ ਜੀ ਵਿਕਸ਼ੇਪਤਾ ਦੀ, ਮਨ ਨੇ ਚੰਚਲ ਹੋਣਾ, ਟਿਕਣਾ ਨਾ ਇੱਥੇ ਬੈਠਿਆਂ ਨੇ। ਤੀਜੀ ਮੈਲ ਹੈ ਖਾਲਸੇ ਅਵਰਣਤਾ ਦੀ, ਗਿਆਨ ਦਾ ਪੜਦਾ ਹੈ। ਇਹ ਤਿੰਨੇ ਮੈਲਾਂ ਖਾਲਸਾ ਜੀ, ਜਿਹੜੀ ਪਾਪਾਂ ਦੀ ਮੈਲ ਹੈ ਉਹ ਸੇਵਾ ਕੀਤਿਆਂ ਚੱਕੀ ਜਾਂਦੀ ਹੈ, ਜਿਹੜੀ ਚੰਚਲਤਾ ਦੀ ਮੈਲ ਹੈ ਇਹ ਕੀਰਤਨ ਵਿੱਚ ਕਥਾ ਵਿੱਚ ਧਿਆਨ ਲਾ ਕੇ ਚੱਕੀ ਜਾਂਦੀ ਹੈ। ਜਿਹੜੀ ਸਤਸੰਗ ਵਰਣਤਾ ਦਾ ਪੜਦਾ, ਐਸੀ ਕੁਝ ਕਥਾ ਹੋਣ ਤੇ ਸਤਸੰਗ ਜੀ ਫੇਰ ਉਹ ਚੱਕਿਆ ਜਾਂਦਾ ਸਹਿਜੇ ਸਹਿਜੇ। ਇਹ ਤਿੰਨ ਮੈਲਾਂ ਨੇ, ਸਰੀਰ ਨੂੰ ਤਾਂ ਇੱਕੋ ਹੀ ਮੈਲ ਲੱਗਦੀ ਹੈ, ਮਨ ਦੀਆਂ ਤਿੰਨ ਮੈਲਾਂ ਹਨ ਜਿਹੜੀਆਂ ਸੰਗਤ ਚ ਆ ਕੇ ਚੱਕ ਹੁੰਦੀਆਂ। ਸੁਣ ਧਾਰ ਹੈ ਜੇ ਭਾਗ ਵਿਸ਼ੇਸ਼ੇ, ਮਹਾਰਾਜ ਕਹਿੰਦੇ ਭਾਈ ਭਾਈ ਸਾਹਿਬ ਕਹਿੰਦੇ ਨੇ ਗੁਰੂ ਕਾ ਉਪਦੇਸ਼ ਹੈ, ਉਹ ਸੁਣ ਕੇ ਧਾਰਨਗੇ ਜਿਨ੍ਹਾਂ ਦੇ ਚੰਗੇ ਭਾਗ ਹਨ। ਵਹਿਰ ਖੇਰ ਬਿਰਤ ਕੋ ਕਰੈ, ਨਾਲ ਹੀ ਦੇਖ ਲੋ ਉਪਦੇਸ਼ ਕਿੰਨਾ ਡੂੰਘਾ ਦਿੰਦੇ ਨੇ ਸੰਗਤਾਂ ਨੂੰ ਵਿਚਾਰ ਵਾਲਾ। ਦੂਜੇ ਪਾਸੇ ਖਾਲਸਾ ਅੰਮ੍ਰਿਤਧਾਰੀ ਹੈ, ਸ਼ਸਤਰ ਧਾਰੀ ਸਿੰਘ ਹਨ, ਉਹਨਾਂ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਨੇ। ਸੰਗ ਖਾਲਸਾ ਬੰਦ ਮੈਂ ਫਿਰੈ, ਸਾਰਾ ਖਾਲਸਾ ਜੰਗਲ ਚ ਵਿਚਰਦਾ ਹੈ ਮਹਾਰਾਜ ਨਾਲ। ਕੇਤਕ ਗ੍ਰਾਮ ਸ਼ੀਨ ਕਰ ਲੀਨੇ, ਮਨਮਤੀਆਂ ਦੇ ਜਿਵੇਂ ਬਜਰੂੜ ਸੀ ਸਤਸੰਗ ਜੀ ਇਹੋ ਜਿਹੇ ਨਗਰ, ਕਈ ਸਤਸੰਗ ਜੀ ਜਿਹੜੇ ਸੰਗਤ ਨੂੰ ਆਉਂਦੀ ਨੂੰ ਲੁੱਟ ਲੈਂਦੇ ਸੀ, ਉਹ ਤਬਾਹ ਕਰ ਦਿੱਤੇ, ਆਪਣੇ ਅਧੀਨ ਕਰ ਲਏ ਨਗਰ। ਕੇਤਕ ਭੇਟ ਦਹਿ ਡਰ ਭੀਨੇ, ਕਈ ਡਰਦੇ ਹੋਏ ਗੁੱਜਰ ਰੰਗੜ ਭੇਟਾ ਦੇਣ ਲੱਗ ਗਏ ਕਿ ਗੁਰੂ ਕੇ
सानू लुटन जेने मिले गर्व कश तरे जेडे कोई मनमती अहंकारी कर दे ना गुरु की शरण आउंदे तिन हित बिरंद खालसा चरे ओना मनमतियां नू दंड देन वास्ते खालसा चढ़ाई करदा घोड़िया ते सवार होके करे शिकार तहां मन पायो थां थां मन पाउंदा शिकार खेड दे भजै तजै ग्राम डर पायो जेडे ग्राम च मनमती हुंदे डर दे खालसे तो भज जांदे पिंडां चों किरखी बढ़ाए पुंज लै आवे घोड़िया वास्ते चारे दी दौड़ खेती बढ़ा के सिंह लै आउंदे आनंदपुर तरंग सोखावे आनंदपुर संग जी बिरछां बागा दे विच बन्ने होए घोड़े गुरु के ओ सतसंग जी चारा आदि शक दे भीम चंद देखे दुख लहे भीम चंद हुण रियास दा मालक राजा है महाराज का प्रताप देख के बड़ा दुखी हुंदा लड़ ना सके त्रास मन लहे मन विच डर धारदा लड़ भी नहीं सकदा बाई धार राजे जिन्ने हन कलगी तर रस वीर मझारा सतगुरु जी हर वेले वीर रस च रहिंदे निदंद खट्टे जो हो चुके ने इहदे बाई धार राजे चढ़ के गए पौंटे साहब भंगाणी दा जंग होया पता सी भी मैं किहदा विचारा लड़ नहीं सकदा चिड़ी जांदा दुखी हुंदा है चहे जंग को सदा अखारा गुरु गोबिंद सिंह साहिब जी नूं पता है एदू वड्डी होर कुर्बानी की होउ पिता जी सतसंग जी शीस दा बलिदान दे चुके ने बड़ी भारी कुर्बानी दित्ती है हले भी तुरकां दा बड़ा बड़ा राज है धक्का करदे ने इधर पहाड़िए सिखी नहीं धारदे पत्थर चित हन ईरखा करदे ने सतगुरु जी कहिंदे भाई असी जो करतब करना आए हैं वह तो करना ही है धर्म चलावन संत उबारन दुष्ट सबन को मूल अपारन यही काज तरह हम जन्म समझ लो साधु सब जन्म दुष्टा दिया जड़ा पटन वास्ते असी अवतार धारिया है सतगुरु जी हर वेले जंग चाहते ने सिंघन को नित लड़न सिखावन सतगुरु जी लड़ना सिखाते ने रोज तुरकन गन सन बैर बधावन के तुरकां दे नाल सोना नहीं रखनी इन्हां नाल बैर बधाउणा पूरा आपां रण जे करत रहे गो पंथा महाराज सोचते ने जे साडा पंथ जंग करदा रहेगा सब शस्त्रन की सीख है सब शस्त्रन की सीख है संता तदई संथिया सिखिया सिख सकदा है शस्त्र चलाउण दी जिन्हें कदे शास्त्र कृपान हाथ च नहीं पढ़ के देखी उन्हें चलाउणी की आऊगी इसे करके गतका खेड दे सिंह सूरमे युद्ध करन हथियार अनमार है युद्ध करना ते हथियार चलाउणे तो शेत बल ते राज संभार है और ये साडा खालसा अपने बल दे नाल धरती दा राज संभे ए आशे सतगुर के मन को मन दा आशा ए है सतगुरु कलगीधर पातशाह दा जिस ते चित चाहत नित रन को जिस करके चित चाहुंदे ने जंग करना जां ते अनक प्रकार बखेरा अनेकां तरह दा झगड़ा ही रख दे पर्वत पत पुंजन सन चेरा सारे पहाड़ी राजा नाल झगड़ा रहिंदा महाराज दा त्रास तो होए लड़त नह कोए डरदे पहाड़िए चढ़ के नौ दे फौज लेके लड़ नहीं सी सकदे ताकत नहीं सी तुरकन की सहाय चह सोए अंदरों अंदरी तुरकां दी फौज दी सहायता चाहुंदे सी पहाड़ी राजे दर्ब पठावत रहे बसाला धन सतसंग जी खुशामद करन वास्ते तुरकां दी दिल्ली धन भेज दे जात वकील सुनाए कुचाला ये अपने राजदूत भेज दे उत्थे दिल्ली दे तख्त ते बादशाह कोले महाराज साहब जी दीआं शिकायतां लाउंदे के सच्चे पातशाह ਤੁਹਾਨੂੰ ਇੱਥੇ ਦਿੱਲੀ ਦੇ ਤਖ਼ਤ ਨੂੰ ਖੋਣਗੇ ਤੁਹਾਡੇ ਨੂੰ ਅਬ ਰੰਗ ਨਿਗਟ ਕਿਤੇ ਕਸਦਾਵੇ ਕਈ ਪਹਾੜੀਏ ਰਾਜੇ ਨਰੰਗੇ ਕੋਲੇ ਜਾ ਕੇ ਚੁਗਲੀ ਕਰਦੇ ਉਹ ਸੂਬੇ ਨਾ ਸਮੀਪ ਸੁਣਾਵੇ ਕਈ ਨੇੜੇ ਹੀ ਸਰਹੰਦੀਏ ਸੂਬੇ ਨੂੰ ਜ਼ੇਰਦਸਤ ਸੂਬਾ ਸੀ ਜਿਹੜਾ ਲਾਹੌਰ ਵਾਲਾ ਇਹਨਾਂ ਨੂੰ ਚੁਗਲੀ ਕਰਦੇ ਜਾ ਕੇ ਦਸਵੇਂ ਗੁਰੂ ਅਤਾਰੀ ਧੂਮ ਕੀ ਕਹਿੰਦੇ ਜਾ ਕੇ ਦਸਵੇਂ ਪਾਤਸ਼ਾਹ ਨੇ ਬੜਾ ਡੰਡ ਰੌਲਾ ਪਾਇਆ ਰਾਜ ਕਰਨ ਕੋ ਸ਼ੀਨਤ ਭੂਮ ਉਹਨਾਂ ਨੇ ਤਾਂ ਰਾਜ ਕਰਨਾ ਕਿਸੇ ਦਿਨ ਤੁਹਾਡੀ ਧਰਤੀ ਖੋ ਲੈਣਗੇ ਐ ਤੁਰਕਾਂ ਨੂੰ ਜਾ ਕੇ ਚੱਕ ਦੇ ਪਹਾੜੀ ਰਾਜੇ ਗਿਰ ਕੇ ਦੇਸ਼ ਜੈ ਗ੍ਰਾਮ ਉਜਾਰੇ ਸਾਡੇ ਪਹਾੜ ਦੇ ਦੇਸ਼ ਦੇ ਸਾਰੇ ਪਿੰਡ ਉਜਾੜ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੁੱਟੇ ਹੈ ਕੂਟੇ ਸਭ ਹਮਤ ਹਾਰੇ ਅਸੀਂ ਤਾਂ ਹਾਰ ਥੱਕ ਗਏ ਪਹਾੜੀ ਰਾਜੇ ਕਹਿੰਦੇ ਸਾਨੂੰ ਲੁੱਟਦੇ ਨੇ ਕੁੱਟਦੇ ਨੇ ਇਮ ਪ੍ਰਕਾਰ ਨਿਤ ਕਰਦੇ ਰਹੇ ਕਿਉਂ ਰੋਜ਼ ਸਤਸੰਗ ਜੀ ਇੱਕ ਦੋ ਬੰਦੇ ਭੇਜਦੇ ਫਰਿਆਦ ਕਰਦੇ ਦਿੱਲੀ ਜਾ ਕੇ ਬਾਦਸ਼ਾਹ ਕੋਲੇ ਗੁਰ ਸਨ ਸੰਤ ਭਾਰਤਾ ਕਹੇ ਇਧਰ ਸਤਸੰਗ ਜੀ ਬਾ ਉਧਰੋਂ ਤਾਂ ਜਾ ਕੇ ਤੁਰਕਾਂ ਨੂੰ ਚੱਕਦੇ ਕਿ ਸਾਡੀ ਸਹਾਇਤਾ ਕਰੋ ਅੰਤਰਗਤ ਗੁਰੂ ਸਾਹਿਬ ਕੋਲੇ ਬੰਦੇ ਭੇਜਦੇ ਅਸੀਂ ਤਾਂ ਜੀ ਤੁਹਾਡੇ ਸੇਵਕ ਹਾਂ
कृपा करो साडे नाल मुलाप रखो। इम ही केतक समा बतायो, क्यों कितना समा बतीत होया। सूरज ग्रहण पर्व दिन आयो, सूरज ग्रहण दा जोड़ मेला आ गया खालसा जी आ कुरुक्षेत्र दा। कुछ कसैन लै सिंगन केरी, मारा कुछ सिख सिंघां दी फौज लै के पए त्यार चल वै तिस बेरी। चलन नू त्यार होए के कुरुक्षेत्र दे जोड़ मेले ते चलिए। श्री गुजरी माता ते आद, माता गुजरी होर जितना परिवार सी। रुख गुर को लख सदन आबाद, महाराज दी इच्छा जान के लजाना नहीं है परिवार नाल, छेती पहुंचना कुरुक्षेत्र। ए माता जी महलां च ही रहे परिवार समेत। गमने प्रव असवारी छड़ी, सच्चे पातशाह कली असवारी आप दी होई है, सिंह सूरमे नाल हन। प्रेरित रंग बाग कर फड़ी, आपने हाथ च बाग पकड़ी घोड़े दी, घोड़े नू प्रेरिया। मजल दूर की करत सिधारे, पता है थोड़ा समा सी सूरज ग्रहण दे पुरब विच, आप जी लम्मियां मजलां करन लग गए। ग्रहण विखै दिन अल्प बिचारे, थोड़े जे दिन ग्रहण विच जान के। जिस थल मैं तीर्थ समदाए, जिथे बहुत सारे तीर्थ हन। नगर थनेसर मैं चल आए, थनेसर सतसंग जी तीर्थ है बड़ा भारी, जिथे कुरुक्षेत्र जिन्हू आपां कहने आं, पांडवां ते कौरवां ने जंग कीता है, इथे नू चले महाराज। दखण दिश मैं तीर्थ महा, ए सत संग जी दखण दी बाही वाले तीर्थ बड़ा भारी। डेरे चाहत पै तहां, उथे जाके डेरा करने चाहुंदे हन। उतरे पुंज तीर नर नारी, तीर्थ सत संग जी जदों देखी दा जाके, जिदन सूरज ग्रहण हुंदा इन्नी दुनिया भीड़ हुंदी, उथे टिकण नू थां नहीं हुंदा, भरे पए ने सारे तीर्थ इर्द गिर्द पुरश इस्त्रियां नाल। मेला भयो ग्रहण को भारी, ग्रहण दा जोड़ मेला बड़ा भारी होया। उरे नगर ते परी जमात, जदों घोड़िया ते सनद बद त्यार बत्यार सिंह सूरमे हन, दसवें पातशाह मूहरे घोड़े ते जा रहे ने, एक जोगियां दी जमात खालसा जी सूरज ग्रहण दे मेले नू मुख रख के इह तीर्थ ते आई होई सी, जिहदा मदन नाथ सत संगत जी महंत सी उह जोगियां सिद्धां चों। जिस वेले ने देखिया इधर पंजाब दी तरफ तो दसवें पातशाह फौज लेके अपनी आ रहे ने। जे जोगी जग मह विख्यात, जेड़े जोगी गोरखनाथ मत दे लंबी प्रगट हन संसार च। मदन नाथ सब विखे महंत, मदन नाथ महंत सी सारे जोगिया दा। तिन देखे आप भगवंत, भगवंत रूप गुरु गोविंद सिंह साहिब जी जोगी ने आउंदे ने देखे। आगे होए मिलियो तिस बारी, एकदम खड़ा हो गया खालसा जी मदन नाथ, सतगुरु दसवें पातशाह नू मिलिया। मुख आदेश आदेश उचारी, इन्हां दा बोला जिवें आपां फतेह बुलाउने आ, इसे तरह भाई आपो अपने भेखां दा सतसंग जी बोला होया करदा मिलन वाला। इहदे आदेश आदेश कहा, नमस्कार है नमस्कार है, ऐ कहा। खरे भय अवलोक गसाई, सतगुरु जी दे प्रेम नू मदन नाथ दे नू देख के खड़ के घोड़ा कढ़ा लिया। सतगुरु को आदेश बुलाई, तानू कलगीधर पातशाह कहंदे हे मदन नाथ, गुरु नानक देव जी नू आदेश आदेश है साडी। उहने आदेश देस कहा, गुरु नानक देव जी नू कौन भुलिया सी, सारे सिद्ध जानदे सन। उन जोगी ने पूजन करे, फिर जोगी ने पुछना कीता, बुरका शेरन को तन धरे। महाराज जेड़ा बुरका पाया शेरां वाला पाया, कारण की है, भाव की शस्त्र धारी हो, बाणा पहने होया सारे खालसे समेत। करनी सिद्धों की शुभ धारी, करनी वाला सी सतसंग कमाई वाला है मदन नाथ, कहंदा जेड़ी थोड़ी कमाई है साडे सिद्धां वाली होई है, अंदरों जिहड़ी कमाई है वह पूरी संपूर्ण ब्रह्म बेते साधुआं वाली है, पर उत्तों जिहड़ा तुसीं बाणा पाया साधुआं वाला नहीं है, वह शेरां वाला है। तुमरी अद्भुत बात बिचारी, ये थोड़े पंथ दी जी मैं बिचारी है, बात अश्चर्ज ही है। तब कलगीधर बहु सन्माना, कलगीधर पातशाह ने सतसंग जी समझ लिया कि यह नाथ करनी वाला है, समझदा है, विचारवान है, भावना इहदे अंदर, सतगुरु ने सत्कार किया। सुनो नाथ जी कीन बखाना, महाराज उतरिया घोड़े तो कहा, नाथ जी सुनो, तुरक गफतार अदक जग माही, थोनू पता नाथ जी ऐस वेले तुरकां दा बोलबाला सारे हिंदुस्तान विच है, जुल्म करना शुरू किया इन्होंने, दंड बिना बस होए सो नाही, ए जिन्ने तुरक ने दंड दिते बिना इन्होंने लोट नहीं आउणा, बस नहीं आउणा। कह जोगी चर्चा सोचवाए, जोगी कहंदा हां महाराज सत है, थां थां ते मैं यही चर्चा आवाजां सुनदा लोकां दीआं,
सारे लोग कहंदे ने कि तुर्क जुल्म कर रहे ने। ओए कबूल सिद्धी पातशाहे, मैं भी महाराज आशीर्वाद दिना ओ पातशाह परमेश्वर दे दर ते थोड़ी फरियाद मंजूर होवे, थोड़ी सफलता प्राप्त होवे, ये तुरकां नूं तुसीं महाराज दबा सको। रैणी सिद्ध नानक फकीर, हे गुरु नानक देव जी दे घर दे फकीर, थोड़ी जिहड़ी रहणी है ना ओ ता है कमाई सिद्धा आली। खेर जपेख काज दस्तगीर, और तुसी खेर जपेख जा बाहरला भेख बनाया ना, शस्त्र धारी हो, वाणा पहनिया होया, घोड़िया ते सवार हो, ये दस्तगीर मदद करने वास्ते मजलूमां दी, गरीबां दी रखिया करने वास्ते तुसी बाहरला भेख बनाया। ज्यों दिल नेकी होए जवाल, भावना ना सतसंग जोगी की कहंदा, जिवें थोड़े दिल विच नेकी आ ना, भला करना परोपकार करन दा संकल्प है, होए जवाल, ए थोड़ी नेकी दे प्रताप नाल ही ना तुरकां ने मारे जाना, उन्हां दा नाश हो जाना है। करनी कुदरत कीर ख्याल, ए कुदरती जी दा ख्याल नेकी वाला होवे ना, कुदरत ओहदे पक्ष च हुंदी है, कुदरत ओहदी मदद करदी है जिहड़ा परोपकार करदा है। इसे तरह फिर कहते हैं पढ़ो पंगती उतरी ज्यों दिल, ज्यों दिल नेकी होए जवाल, महाराज जिवें थोड़े दिल विच भी नेकी है, नेक नीति है, आपदा चेहरा भी बड़ा प्रकाश वाला है, करनी कुदरत कीर ख्याल, आपदे ख्याल नेकी वाले होने करके महाराज जिहड़ी थोड़ी करनी है ना कमाई, इहदे च बड़ी ताकत है। ये मैं कहे सुन कै आपस मैया, आपस जी कह सुन के जोगी दे नाल, त्रीजै दोहो देश आनंद लहिया, आपस जी मिल के होर जोगियां ने भी महाराज नूं मत्था टेकिया, बहुत खुशी होए, खालसा भी बड़ा खुशी होया सिद्धां नूं मिल के। बोलियो नाथ बिनह तै सायत, उस घड़ी ये मदन नाथ हथ जोड़ के बोलिया, कुछ जोगी जी चाहिए हिमायत, महाराज थोनू कुछ जोगियां दी सहायता भी चाहीदी है, असि कोई रिद्धि सिद्धि दे दिने, अक्सरू कमाई वाले सी ओ भी, महाराज नू कहंदा जी मैनू दसो मैं कुछ सहायता करां, मेल सकार थरावर केरा, आप जी दा मलाप मारा मैनू सफला होया है, सुन बोले सतगुर तिस बेरा, सतगुरु जी बोले हे जोगी थोड़ी मदद दी लोड़ नहीं सानू, वचन कीता आप जी ने, फरका अमुंड दवै फरकस, आ देख जोगी साडे नाल कौन है, फरका अमुंड मुन्या होया नहीं, तै भी चेले मुन्ने ने, आदे किन्ने घोन मोहन जोगी हन, साडे जेड़े चेले ने ए अमुंड ने, दो दो सिरां वाले हन, जेड़ा असली सिर सी ओ लहा दिने ओ केस, ओ भी सिर है, दो सिरां वाला साडा खालसा है, द्वै फरकस, दो हिंदू मुसलमान तो फर्क ते है, वखरा है, और देख सारिया दे द्वै फरकस, दो दो डोले फर्क दे कि नहीं, इन्हां दे सारे सिंह शस्त्रधारी तेनू दिंदे ने कि नहीं, जोगी देख के दंग रह गया। हां जी फिर खालस बली सो कसे तरकस, आ खालसा बड़ा बली है, ए पत्थियां विच तीर कसे भरे होए ने, कसे होए ने पत्थे, ए तीर चलावेगा, एदे बल नाल असीं किसे दी परवाह नहीं करदे, असीं फतेह करांगे सभनी पासी, तू चिंता ना कर।